जस टीवी देख रहे हो तुसीं, मैं के पी सिंह तुहाड़ा स्वागत करदा। साल 2018 जा रहा, पर साल 2018 जिहड़ा उह कांग्रेस की झोली में बहुत कुछ पा गया पंजाब दे विच। ते साल 2018 कांग्रेस की झोली में यह सब कुछ पा गया जिस नाल कांग्रेस खुशी मना सकती है। यह सवाल एक वक्रा पहलू पंजाब की सियासत का पेश करता है, क्योंकि जो पंजाब दे विच कांग्रेस सरकार आई सी तां इन्हां ने नारा दित्ता सी चाहुंदा है पंजाब कैप्टन सरकार। तकरीबन 2 साल पूरे होने वाले आ कांग्रेस सरकार दे, कैप्टन अमरिंदर सिंह की सरकार दे। ते अज पिंडां दे विच पंचायती चोणां दे नतीजे आ चुके हैं, तो उस दे विच हुण सवाल यह पूछा जाऊगा की चाहुंदा है पिंड वाला पंजाब। ਅਸੀਂ ਬਹਿਸ ਕਿਉਂ ਕਰ ਰਹੇ ਹਾਂ? ਪੰਚਾਇਤੀ ਚੋਣਾਂ ਵਿੱਚ 80% ਤੋਂ ਵੱਧ ਪੋਲਿੰਗ ਦੱਸੀ ਜਾ ਰਹੀ ਹੈ। ਸੱਤਾ ਧਿਰ ਕਾਂਗਰਸ ਹਮਾਇਤੀਆਂ ਦੀ ਚੜ੍ਹਤ ਹੈ, ਕਿਉਂਕਿ ਵਾਰ ਵਾਰ ਕਿਹਾ ਜਾਂਦਾ ਕਿ ਪਾਰਟੀ ਹੈ ਜਿਹੜੀ ਪਾਸੇ ਹੁੰਦੀ ਹੈ, ਪਰ ਕਾਂਗਰਸ, ਅਕਾਲੀ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਇਹੀ ਦੱਸਿਆ ਜਾਂਦਾ। ਹਿੰਸਕ ਝੜਪਾਂ, ਬੂਥਾਂ 'ਤੇ ਕਬਜ਼ੇ ਦੀਆਂ ਸ਼ਿਕਾਇਤਾਂ, ਚਾਲੇ ਕਈ ਥਾਂ ਮੁੜ ਪੋਲਿੰਗ ਦੀ ਮੰਗ ਹੈ ਜਿਹੜੀ ਕੀਤੀ ਜਾ ਰਹੀ ਹੈ। ਮੰਦੋੜ ਦੇ ਪਿੰਡ ਲਖਮੀਰ ਕੇ ਹਿਠਾੜ ਵਿੱਚ ਬੈਲਟ ਬਾਕਸ ਨੂੰ ਅੱਗ ਲੱਗੀ ਹੈ, ਇੱਕ ਨੂੰ ਦਰੜਨ ਦਾ ਇਲਜ਼ਾਮ ਲੱਗਿਆ। ਅਤੇ ਲਹਿਰਾ ਗਾਗਾ ਦੇ ਪਿੰਡ ਖੋਖਰ ਕਲਾਂ ਵਿੱਚ ਪ੍ਰਜ਼ਾਈਡਿੰਗ ਅਧਿਕਾਰੀ ਦੀ ਭੇਤਭਰੀ ਹਾਲਤ 'ਚ ਮੌਤ ਹੋਈ ਹੈ। ਚੋਣ ਡਿਊਟੀ ਵਿੱਚ ਲਾਪਰਵਾਹੀ ਕਾਰਨ 3 ਪ੍ਰਜ਼ਾਈਡਿੰਗ ਅਫਸਰ ਮੁਅੱਤਲ ਕੀਤੇ ਗਏ। ਹਾਲਾਂਕਿ ਇਹਨਾਂ ਚੀਜ਼ਾਂ ਵਿੱਚ ਹੋਰ ਵਾਧਾ ਵੀ ਹੋ ਸਕਦਾ, ਪਰ ਜੋ ਜਾਣਕਾਰੀ ਮਿਲੀ ਹੈ ਹੁਣ ਤੱਕ ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ। ਪਿੰਡ ਬਾਦਲ ਵਿੱਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵੋਟ ਕੋਈ ਹੋਰ ਹੀ ਭੁਗਤਾ ਗਿਆ। ਸਾਬਕਾ ਮੁੱਖ ਮੰਤਰੀ ਬਾਦਲ ਦੇ ਰਿਸ਼ਤੇਦਾਰੀ ਵਿੱਚੋਂ ਲੱਗਦੇ ਪੋਤੇ ਦੀ ਸਰਪੰਚੀ ਚੋਣਾਂ ਵਿੱਚ ਹਾਰ ਹੋਈ ਹੈ, ਅਤੇ ਕਹਿੰਦੇ ਬਾਦਲ ਪਿੰਡ ਹੀ ਬਾਦਲ ਪਰਿਵਾਰ ਹੀ ਹਾਰ ਗਿਆ। ਕਹਿੰਦੇ ਇਹੋ ਜਿਹੇ ਸਿਆਸੀ ਇਲਜ਼ਾਮ ਵੀ ਲੱਗ ਰਹੇ ਹੈ। ਵਿਧਾਇਕ ਖਹਿਰਾ ਦੀ ਰਿਸ਼ਤੇਦਾਰੀ 'ਚੋਂ ਭਰਜਾਈ ਭੁਲੱਥ ਦੇ ਪਿੰਡ ਰਾਮਗੜ੍ਹ 'ਚੋਂ ਸਰਪੰਚੀ ਚੋਣ ਹਾਰ ਗਈ ਹੈ, ਅਤੇ ਖਹਿਰਾ ਦੇ ਭੁਇੱਖ 'ਤੇ ਸਵਾਲ ਚੁੱਕਣੇ ਸ਼ੁਰੂ ਹੋ ਗਏ ਹੈ। ਸੁਖਵੀਰ ਬਾਦਲ ਅਤੇ ਹਰਸਿਮਰਤ ਬਾਦਲ ਵੱਲੋਂ ਚਾਚੇ ਗੁਰਦਾਸ ਬਾਦਲ ਤੋਂ ਲਏ ਆਸ਼ੀਰਵਾਦ ਅਤੇ ਚਰਚੇ ਜਿਹੜੇ ਉਹ ਸਾਰੇ ਕਿਤੇ ਹੋ ਰਹੇ ਆ। ਹਾਲਾਂਕਿ ਤਸਵੀਰ ਦੂਜੀ ਵਾਰੀ ਖਿਚਾਈ ਗਈ ਸੀ ਆਸ਼ੀਰਵਾਦ ਲੈਂਦਿਆਂ, ਜਦੋਂ ਪੱਤਰਕਾਰਾਂ ਨੇ ਕਿਹਾ ਕਿ ਤੁਹਾਡੀ ਫੋਟੋ ਖਿੱਚਣੀ ਹੈ। ਪਾਰਲੀਮੈਂਟ ਵਿੱਚ ਪੰਚਾਇਤ ਚੋਣਾਂ 'ਚ ਹਿੰਸਾ ਮਾਮਲੇ 'ਚ ਗ੍ਰਹਿ ਮੰਤਰਾਲੇ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਲੋਕ ਸਭਾ ਵਿੱਚ ਅਕਾਲੀ ਐਮ ਪੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਹਿੰਸਾ ਦਾ ਮਾਮਲਾ ਚੁੱਕਿਆ। ਸਵਾਲ ਕਿਉਂ ਪੁੱਛਾਂਗੇ, ਵੱਡਾ ਸਵਾਲ ਇਹ ਪੁੱਛਾਂਗੇ, ਪੰਚਾਇਤੀ ਚੋਣਾਂ ਦੇ ਨਤੀਜਿਆਂ ਨੇ ਪੰਜਾਬ ਦਾ ਕਿਹੜਾ ਮੂਡ ਦੱਸਿਆ? ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡੇ ਨਾਲ ਇੱਥੇ ਸਟੂਡੀਓ 'ਚ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਮਦਨਦੀਪ ਸੀਨੀਅਰ ਪੱਤਰਕਾਰ ਨੇ, ਦੇਸ਼ ਵਿਦ ਦੇ ਸੰਪਾਦਕ ਹੈ। ਮਦਨਦੀਪ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਪਹਿਲਾ ਗਰਗ ਮਾਹਰ ਦੇ ਤੌਰ 'ਤੇ ਸਾਡੇ ਨਾਲ ਇੱਥੇ ਮੌਜੂਦ ਨੇ। ਡਾਕਟਰ ਪਹਿਲਾ ਗਰਗ ਹਰਾਂ ਨੇ ਇੱਕ ਮੁਹਿੰਮ ਵੱਡੀ ਸੀ, ਪਿੰਡ ਬਚਾਓ ਪੰਜਾਬ ਬਚਾਓ, ਕਿੰਨੀ ਸਫਲਤਾ ਮਿਲੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਰਿੰਪਲ ਮੀਡੀਆ ਕਾਂਗਰਸੀ ਨੁਮਾਇੰਦ ਕੀ ਕਰਦੇ ਆ, ਕਾਂਗਰਸ ਦੇ ਬੁਲਾ ਰਿਹਾ ਰਿੰਪਲ ਮੀਡੀਆ, ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਧਾਰਨੀ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾ ਰਹੇ ਨੇ, ਧਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਸਤੇਜ ਸਿੰਘ ਆਮ ਆਦਮੀ ਪਾਰਟੀ ਦੇ ਬੁਲਾ ਰਹੇ, ਜਸਤੇਜ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਰਿੰਪਲ ਮੀਡੀਆ ਤੁਹਾਨੂੰ ਪੁੱਛਣਾ, ਰਿੰਪਲ ਮੀਡੀਆ ਤੁਹਾਨੂੰ ਕੋਈ ਵਧਾਈ ਦੇਵੇ ਪੰਚਾਇਤ ਚੋਣਾਂ ਦੀ ਲੈਣੀ ਚਾਹੋਗੇ? ਦੇਖੋ, ਵਧਾਈਆਂ ਜਿਹੜੀਆਂ ਉਹ ਜਦੋਂ ਸਾਰੇ ਪਿੰਡਾਂ ਦੇ ਵਿੱਚ ਇੱਕ ਤਾਂ ਜਿਹੜਾ ਢੋਲ ਵੱਜ ਰਹੇ ਨੇ, ਲੋਕਾਂ ਨੇ ਆਪਦੇ ਮਨਪਸੰਦ ਜਿਹੜੀਆਂ ਉਮੀਦਵਾਰ ਚੁਣੇ ਨੇ ਔਰ ਆਪਣੀਆਂ ਪੰਚਾਇਤਾਂ ਸਵਾਲ ਦਾ ਸਿੱਧਾ ਸੋਚ ਕੇ ਰਿੰਪਲ ਮੀਡੀਆ, ਮੇਰਾ ਸਵਾਲ ਬੜਾ ਸਿੱਧਾ ਹੁੰਦਾ, ਪੰਚਾਇਤ ਚੋਣਾਂ ਦੀ ਕੋਈ ਵਧਾਈ ਦੇਵੇ ਤੁਸੀਂ ਲਾਉਂਗੇ? ਵਧਾਈ ਸਾਰੇ ਪਾਸੇ ਮਿਲ ਰਹੀ ਹੈ, ਬਿਲਕੁਲ ਵਧਾਈ ਕਬੂਲ ਕਰਨੀ ਬਣਦੀ, ਵਧਾਈ ਕਬੂਲ ਹੈ, ਬਿਲਕੁਲ ਕਬੂਲ ਕਰਨੀ ਬਣਦੀ ਹੈ, ਵਧਾਈ ਕਬੂਲ ਹੈ। ਕਿਹੜੀ ਵਧਾਈ ਕਬੂਲ ਕਰ ਰਹੇ ਹੋ? ਡਾਂਗਾ ਸੁੱਟੇ ਚੱਲੇ, ਗੋਲੀਆਂ ਚੱਲੀਆਂ? ਕਿਹੜੇ ਜਿਹੜੇ ਤੁਸੀਂ ਡਾਂਗਾ ਸੁੱਟਿਆਂ ਦੀ ਗੱਲ ਕਰਦੇ ਹੋ, ਇੱਕ ਮਿੰਟ ਨਹੀਂ, ਡਾਂਗਾ ਜਿਹੜੇ ਤੁਸੀਂ ਡਾਂਗਾ ਸੁੱਟਿਆਂ ਦੀ ਗੱਲ ਕਰਦੇ ਹੋ, ਤੁਸੀਂ ਜਿਹੜਾ ਪਿਛਲੇ ਸਮੇਂ ਦੇ ਵਿੱਚ ਵੇਖ ਲਓ ਤੇ ਹੁਣ ਵੇਖ ਲਓ, ਪਿਛਲੇ ਸਮੇਂ ਵਿੱਚ ਛੱਡੋ, ਤੁਲਨਾ ਕਰੋ, ਰਿੰਪਲ ਮੀਡੀਆ ਪਿਛਲੇ ਸਮੇਂ ਛੱਡੋ, ਜਿਹੜੇ ਪਿਛਲੇ ਸਮੇਂ ਵਾਲੇ ਉਹਨਾਂ ਨੂੰ ਸਵਾਲ ਹੋ ਜਾਊਗਾ, ਤੁਲਨਾ ਕਰੋ, ਤੁਸੀਂ ਆਪਦੇ ਸਵਾਲ ਦਾ ਜਵਾਬ ਦਿਓ, ਬਿਲਕੁਲ ਦੇਖੋ, ਮਨਪ੍ਰੀਤ ਬਾਦਲ ਦੀ ਵੋਟ ਕੋਈ ਹੋਰ ਭੁਗਤਾ ਆ ਗਿਆ, ਇਹਦੀ ਵਧਾਈ ਕਬੂਲ ਕਰਦੇ ਹੋ? ਅਕਾਲੀ ਦਲ ਆਮ ਆਦਮੀ ਪਾਰਟੀ ਨੇ ਸਵਾਲ ਚੱਕ ਲਿਆ, ਸ਼ਰਾਰਤਾਂ ਨੇ ਉਮੀਦਵਾਰ ਵੀ ਪੈਦਾ ਕਰ ਲੈਂਦੇ ਮਨਪ੍ਰੀਤ, ਤੁਸੀਂ ਇਸ ਗੱਲ ਨੂੰ ਨਾ ਦੇਖੋ, ਜੇ ਤੁਸੀਂ ਓਵਰਆਲ ਗੱਲ ਕਰਨੀ ਹੈ ਪੰਜਾਬ ਦੀ ਤਾਂ ਉਸ ਤਰੀਕੇ ਨਾਲ ਕਰੋ। ਕਿੰਨੇ ਪਰਸੈਂਟ ਵਧਾਈ ਕਬੂਲ ਕਰਦੇ ਹੋ ਫਿਰ? ਬਿਲਕੁਲ ਬਿਲਕੁਲ, ਵੇਖੋ ਕਿੰਨੇ, ਫਿਰ ਤੁਹਾਡੇ ਵਾਸਤੇ ਆਇਆ ਨਾ ਮੈਂ, ਮੈਨੂੰ ਬੋਲਣ ਦਿਓ ਇੱਕ ਮਿੰਟ ਪਲੀਜ਼, ਮੈਨੂੰ ਬੋਲਣ ਦਿਓ। ਦੇਖੋ, ਗੱਲ ਇਹ ਹੈ ਕਿ ਜਿਹੜੀਆਂ ਇਸ ਜਿਹੜੀਆਂ ਚੋਣਾਂ ਦੇ ਵਿੱਚ ਮੁਕਾਬਤਨ ਪਿਛਲੇ ਸਮੇਂ 'ਚ ਕੁਛ ਵੀ ਨਹੀਂ ਹੋਇਆ, ਔਰ ਜੇਕਰ ਦੋ ਚੀਜ਼ਾਂ ਜਿਨ੍ਹਾਂ ਨੂੰ ਮੀਡੀਆ ਦੇ ਵਿੱਚ ਔਰ ਵਿਰੋਧੀ ਪਾਰਟੀਆਂ ਨੇ ਪ੍ਰਮੁੱਖ ਤੌਰ 'ਤੇ ਉਭਾਰਿਆ, ਉਹ ਦੋ ਮੌਤਾਂ ਹੋਈਆਂ, ਔਰ ਦੋ ਮੌਤਾਂ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ। ਇੱਕ ਜਿਸਦਾ ਤੁਸੀਂ ਇੱਥੇ ਲਖਮੀਰੇ ਆਣਾ, ਜਿਹੜਾ ਉੱਥੇ ਮਮਦੋਟ ਇਲਾਕੇ ਦਾ ਇੱਕ ਪਿੰਡ ਹੈ, ਔਰ ਉਸ ਦੀ ਗੱਲ ਹੋਈ ਆ, ਔਰ ਇੱਕ ਨੌਜਵਾਨ ਦੀ ਮੌਤ ਦੀ ਗੱਲ ਹੋਈ ਹੈ। ਇਹ ਦੋ ਮੌਤਾਂ ਜਿਹੜੀਆਂ ਰਿਕਾਰਡ 'ਤੇ ਆਈਆਂ, ਔਰ ਜਿਸ ਦੇ ਉੱਤੇ ਵਿਰੋਧੀਆਂ ਨੇ ਰੌਲਾ ਰੱਪਾ ਪਾਇਆ, ਦੋਨਾਂ ਦੇ ਕਾਰਨ ਮੈਂ ਦੱਸਣੇ ਚਾਹਾਂਗਾ, ਜੋ ਮੈਨੂੰ 2 ਮਿੰਟ ਦੇ ਦਿਓ। ਤਾਂ ਜਿਹੜੀ ਲਖਮੀਰਿਆਣਾ ਪਿੰਡ ਦੇ ਵਿੱਚ ਮੌਤ ਹੋਈ, ਔਰ ਉੱਥੇ ਉੱਥੋਂ ਦਾ ਜਿਹੜਾ ਇੱਕ ਉਮੀਦਵਾਰ ਸੀ ਜਿਸਦਾ ਨਾਮ ਸੁਖਦੇਵ ਸਿੰਘ ਸੀ, ਔਰ ਉਹ ਸਾਡੇ ਉਮੀਦਵਾਰ ਮੰਗਤ ਸਿੰਘ ਦੇ ਖਿਲਾਫ ਚੋਣ ਲੜ ਰਿਹਾ ਸੀ, ਉਹ ਆਪਦੀ ਹਾਰ ਤੋਂ ਬਖਲਾ ਕੇ ਉਸ ਨੇ ਜਿਹੜੀ ਉਹ ਬੈਲਟ ਜਿਹੜਾ ਪੇਪਰ ਉਹ ਜਿੱਥੇ ਸੀ ਉੱਥੇ ਅੱਗ ਲਗਾ ਦਿੱਤੀ, ਔਰ ਅੱਗ ਲਗਾ ਕੇ
ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਔਰ ਉਸਦੇ ਜਿਹੜੀ ਹੈ ਭੱਜਣ ਤੋਂ ਬਾਅਦ ਉਸਦੀ ਗੱਡੀ ਦੇ ਥੱਲੇ ਜਿਹੜਾ ਉਹ ਵਿਅਕਤੀ ਹੈ ਵੋਟਰ ਸੀਗਾ ਉਸਦੇ ਵਿੱਚ ਦਰੜਿਆ ਗਿਆ। ਇੱਕ ਇਹ ਘਟਨਾ ਹੋਈ ਹੈ। ਇਸ ਘਟਨਾ ਜਵਾਬ ਦਿਓ ਰਿੰਪਲ ਬੇਟਾ, ਕਹਿਣ ਤੋਂ ਪਹਿਲਾਂ ਬਾਈ ਨੇਮ ਐਫਆਈਆਰ ਹੋਈ ਹੈ? ਬਿਲਕੁਲ ਬਾਈ ਨੇਮ ਐਫਆਈਆਰ ਹੋਈ ਹੈ, ਬਾਈ ਨੇਮ ਐਫਆਈਆਰ ਹੋਈ ਹੈ। ਐਫਆਈਆਰ ਨੰਬਰ 134 ਪੁਲਿਸ ਥਾਣਾ ਮਮਦੋਟ ਦੇ ਵਿੱਚ ਸੁਖਦੇਵ ਸਿੰਘ ਔਰ ਉਸਦੇ 10 ਜਿਹੜੇ 9 ਹੋਰ ਸਾਥੀ ਸੀ 10 ਵਿਅਕਤੀਆਂ ਦੇ ਖਿਲਾਫ ਮਮਦੋਟ ਥਾਣੇ ਦੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਐਫਆਈਆਰ ਨੰਬਰ 134 10 ਵਿਅਕਤੀਆਂ ਦੇ ਨਾਮ ਹੈਗੇ ਆ ਜਿਹੜੇ ਸੁਖਦੇਵ ਸਿੰਘ ਆਦ ਹੈ 10 ਵਿਅਕਤੀਆਂ ਦੇ ਨਾਮ ਹੈਗੇ ਆ ਅਮ੍ਰਿਤਧਾਰ ਨੇ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਕੋਈ ਇਹੋ ਜਿਹੀ ਹਿੰਸਾ ਨਹੀਂ ਹੋਈ, ਛੁੱਟ ਪੁੱਟ ਘਟਨਾਵਾਂ ਨੇ, ਇੱਕ ਦੋ ਘਟਨਾਵਾਂ ਨੇ, ਤੁਸੀਂ ਐਵੇਂ ਰੌਲਾ ਪਾਇਆ, ਨਾਲ ਮੀਡੀਆ ਨੇ ਵੀ ਉਹਨਾਂ ਤਸਵੀਰਾਂ ਨੂੰ ਦਿਖਾਇਆ, ਧਾਰਨੀ ਸਭ ਕੀ ਜਵਾਬ ਦਊਂਗੇ? ਦੇਖੋ ਇਹ ਸਾਰਾ ਕੁਝ ਜਿਹੜਾ ਹੈਗਾ ਕੇਪੀ ਜੀ, ਇਹ ਜਦੋਂ ਪ੍ਰੋਸੈਸ ਸਟਾਰਟ ਹੋਇਆ ਸੀ ਨਾ ਉਦੋਂ ਤੋਂ ਹੀ ਅਸੀਂ ਤਾਂ ਜਿਹੜਾ ਹੈਗਾ ਕਹਿਣਾ ਸ਼ੁਰੂ ਕਰਤਾ ਸੀ। ਈਵਨ ਲੋਕ ਜਿਹੜੇ ਹੈਗੇ ਹਾਈ ਕੋਰਟ ਦੇ ਵਿੱਚ ਗਏ, ਹਾਈ ਕੋਰਟ ਨੇ ਲਾਹਣਤਾਂ ਪਾਈਆਂ, ਉਸ ਟਾਈਮ ਇਹ ਪੇਸ਼ ਕੋਈ ਨਹੀਂ ਹੋਇਆ ਹੈਗਾ, ਬਾਅਦ ਦੇ ਵਿੱਚ ਇਹਨਾਂ ਨੇ ਰਿਵਿਊ ਪਟੀਸ਼ਨਾਂ ਫਾਈਲ ਕੀਤੀਆਂ, ਉਹਦੇ ਵਿੱਚ ਫਿਰ ਜਿਹੜਾ ਹੈਗਾ ਈਵਨ ਇਹਨਾਂ ਦੇ ਖਿਲਾਫ ਕੰਟੈਂਪਟ ਪਟੀਸ਼ਨਾਂ ਤੱਕ ਫਾਈਲ ਹੋਈਆਂ। ਉਹ ਤੋਂ ਬਾਅਦ ਜਿਹੜਾ ਹੈਗਾ ਦੇਖੋ ਇਹ ਟਾਈਮ ਐਸਾ ਹੈਗਾ ਕਿ ਮੀਡੀਆ ਦਾ ਜ਼ਮਾਨਾ ਹੈਗਾ, ਹਰ ਥਾਂ ਦੇ ਉੱਤੇ ਮੀਡੀਆ ਜਿਹੜਾ ਹੈਗਾ ਉਹਦੀ ਪੈਨੀ ਨਜ਼ਰ ਜਿਹੜੀ ਹੈਗੀ ਹੈ ਕੈਮਰੇ ਦੀ ਰਹਿੰਦੀ ਹੈਗੀ ਆ। ਸੋ ਇਹ ਗੱਲ ਦਾ ਜਵਾਬ ਮੈਂ ਦੇਣ ਦੀ ਬਜਾਏ ਤੁਸੀਂ ਸਾਰਾ ਦਿਨ ਜਿਹੜਾ ਹੈਗਾ ਚੈਨਲ 'ਤੇ ਚਲਾਉਂਦੇ ਰਹੇ ਆ ਕਿ ਥਾਂ ਥਾਂ ਦੇ ਉੱਤੇ, ਮੈਂ ਇੱਕ ਅੱਜ ਸਵੇਰੇ ਇੱਕ ਦੇਖ ਰਿਹਾ ਤਾਂ ਇੱਕ ਚੈਨਲ ਦਿਖਾ ਰਿਹਾ ਸੀ SSP ਫਿਰੋਜ਼ਪੁਰ ਨੂੰ ਉਹਨੇ ਉਹ ਕਰਿਆ ਵਾ ਸੀ ਔਰ SSP ਫਿਰੋਜ਼ਪੁਰ ਨਾਲ ਉਹ ਜਿਹੜੀ ਗੱਲ ਕਰ ਰਿਹਾ ਸੀ, ਮੈਨੂੰ ਸ਼ਰਮ ਆਉਂਦੀ ਸੀ ਕਿ SSP ਫਿਰੋਜ਼ਪੁਰ ਇੰਨੇ ਮਤਲਬ ਕਿਹੜੇ ਵਰਡ ਯੂਜ਼ ਕਰਾਂ ਕਿ ਉਹ ਕੋਲ ਉਹਦੇ ਕੋਲ ਜਵਾਬ ਦੇਣ ਨੂੰ ਮਤਲਬ ਉਹਦੇ ਕੋਲ ਕੋਈ ਜਵਾਬ ਨਹੀਂ ਸੀ ਔਰ ਉਹ ਇੰਨਾ ਮਤਲਬ ਮੀਡੀਆ ਵਾਲੇ ਜਿਹੜੇ ਹੈਗੇ ਆ ਇੰਨੇ ਕਟਾਕਸ ਕੁਐਸਚਨ ਕਰ ਰਹੇ ਸੀ ਕਿ ਉਹਨਾਂ ਨੂੰ ਬੋਲਣ ਨੂੰ ਉਹਨਾਂ ਦੇ ਕੋਲ ਕੋਈ ਥਾਂ ਨਹੀਂ ਸੀ। ਸੋ ਥਾਂ ਥਾਂ 'ਤੇ ਜਿਹੜਾ ਪਹਿਲਾਂ ਇਹਨਾਂ ਦੇ ਇਹ ਵਰਤਿਆ ਕਿ ਸਾਰਿਆਂ ਦੇ ਪੇਪਰ ਰਿਜੈਕਟ ਕੀਤੇ, ਦੂਜਾ ਕੰਮ ਕਰਿਆ ਸੁਖਵੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਨੇ ਖੁਸ਼ਨੁਮਾ ਮਾਹੌਲ 'ਚ ਵੋਟ ਪਾਈ ਹੈ ਔਰ ਕੋਈ ਉਹਨਾਂ ਨੇ ਬਾਦਲ ਪਿੰਡ 'ਚ ਇਲਜ਼ਾਮ ਤੱਕ ਸ਼ਾਇਦ ਨਹੀਂ ਲਾਇਆ। ਮੈਂ ਤਾਰੇ ਸਾਹਿਬ ਸਮਾਂ ਤੁਹਾਡਾ ਖਤਮ ਹੋ ਗਿਆ ਜਸਤੇ ਸਿੰਘ, ਨਹੀਂ ਮੈਨੂੰ ਇੱਕ ਮਿੰਟ ਜਵਾਬ ਦੇ ਦੇਣ ਦੋ ਇਹਨਾਂ ਦਾ। ਦੇਖੋ ਇਹਨਾਂ ਨੇ ਜਿਹੜੀ ਮੈਂ ਇਹ ਸਾਰੇ ਦੀ ਪੋਲ ਖੋਲਦੀ ਇੱਕ ਗੱਲ ਇਹ ਕਰ ਰਿਹਾ ਕਿ ਸਾਰੀ ਗੱਲ ਨੂੰ ਛੱਡ ਦਿਓ ਆਪਾਂ, ਇੱਕ ਪੰਜਾਬ ਦਾ ਖਜ਼ਾਨਾ ਮੰਤਰੀ ਉਸ ਦੀ ਵੋਟ ਕੋਈ ਹੋਰ ਪਾ ਕੇ ਚਲੇ ਜਾਂਦਾ ਉਹ ਤੇ ਬਾਅਦ ਚਲੋ ਅਸੀਂ ਪਾਤੀ ਹਨਾ, ਤੁਸੀਂ ਸੁੱਤੇ ਪਏ ਸੀ ਉੱਥੇ, ਤੁਸੀਂ ਸੁੱਤੇ ਪਏ ਸੀ, ਇਨਕੁਆਰੀ ਕਰਾ ਰਹੇ ਹਾਂ ਅਸੀਂ, ਕਰਵਾਓ ਬਿਲਕੁਲ ਕਰਾਓ ਜੀ ਸਦਕੇ ਕਰਾਓ, ਵੋਟ ਪੈ ਗਈ ਤੇ ਤੁਸੀਂ ਹੁਣ ਜਿੱਤਣ ਦੀ ਗੱਲ ਕਿਹੜੇ ਮੂੰਹ ਨਾਲ ਕਹੋਗੇ ਕਿ ਉੱਥੇ ਅਸੀਂ ਜਿੱਤ ਗਏ? ਤਾਰੇ ਸਾਹਿਬ ਮੈਂ ਤੁਹਾਡੇ ਤੋਂ ਸਵਾਲ ਲੈਣਾ ਸੀਗਾ ਪਰ ਤੁਹਾਡਾ ਸਵਾਲ ਹੁਣ ਮਿਸ ਹੋ ਗਿਆ। ਜਸਤੇ ਸਿੰਘ ਪਿਛਲੇ ਸਾਲਾਂ ਦੇ ਮੁਕਾਬਲੇ, ਮੈਂ ਇਹਨਾਂ ਵਾਲਾ ਸਵਾਲ ਤੁਹਾਡੇ ਤੋਂ ਲੈ ਰਿਹਾ, ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰੀ ਘੱਟ ਹੋਇਆ ਗੱਲ? ਬਹੁਤ ਤੁਸੀਂ ਬਹੁਤ ਢੁੱਕਵੀਂ ਗੱਲ ਕੀਤੀ ਹੈ। ਇੱਕ ਨੇ ਇੱਕ ਮਰਡਰ ਕੀਤਾ, ਦੂਜਾ ਕਹਿੰਦਾ ਜੀ ਉਹਨਾਂ ਨੇ ਇੱਕ ਕੀਤਾ, ਅਸੀਂ ਦੋ ਮਰਡਰ ਕਰਤੇ, ਉਹਦੇ 'ਚ ਕੀ ਹੈ? ਸੋ ਕੰਪੀਟੀਸ਼ਨ ਤਾਂ ਉਹੀ ਸੀਗਾ ਦੇਖਿਆ ਜਾਏ। ਅਕਾਲੀ ਦਲ ਵੇਲੇ ਗਿੱਦੜ ਬਾਏ ਦੇ ਸਾਰੇ ਜਿੰਨੇ ਵੀ ਸੀਗੇ ਕਾਉਂਸਲਰ ਦੀ ਇਲੈਕਸ਼ਨ ਸੀਗੀ, ਉਹਨਾਂ ਨੇ ਬਾਇਕਆਊਟ ਕੀਤਾ ਸੀਗਾ ਲੋਕਲ ਇਲੈਕਸ਼ਨਾਂ ਦੇ ਵਿੱਚ ਐਤਕੀ, ਅਤੇ ਐਤਕੀ ਕਾਂਗਰਸ ਨੇ ਕਿਹਾ ਸੀ ਤੁਹਾਡੇ ਤੋਂ ਜ਼ਿਆਦਾ ਅੰਤ ਤੱਕ ਕਰਕੇ ਦਿਖਾਵਾਂਗੇ। ਸੋ ਇੱਥੇ ਕੰਪੀਟੀਸ਼ਨ ਇੱਕ ਚੰਗੀ ਰਾਜਨੀਤੀ ਦਾ ਨਹੀਂ ਹੋ ਰਿਹਾ, ਇਹ ਇੱਥੇ ਕੰਪੀਟੀਸ਼ਨ ਹੋ ਰਿਹਾ ਕਿ ਮਾੜਾ ਕੌਣ ਸਭ ਤੋਂ ਜ਼ਿਆਦਾ ਹੈਗਾ, ਗੁੰਡਾਗਰਦੀ ਕੌਣ ਸਭ ਤੋਂ ਜ਼ਿਆਦਾ ਕਰੇਗਾ। ਐਤਕੀ ਤਾਂ ਦੇਖੋ ਇਹਨਾਂ ਨੇ ਤਾਂ ਪੂਰਾ ਸੋਚ ਸਮਝੀ ਇੱਕ ਪਲਾਨ ਸਟ੍ਰੈਟੇਜੀ ਅਪਣਾਈ, ਇਹਨਾਂ ਨੇ ਖਾਰਜ ਹੀ ਕਰਵਾ ਤੇ ਅਰਾਊਂਡ 12,000 ਬੰਦੀ, ਕਿੰਨੀ ਨਾਮਜ਼ਦਗੀਆਂ ਜਿਹੜੀਆਂ 5,225 ਤੇ 12,000 ਹੈਗੀਆਂ, ਇਹ ਔਨ ਰਿਕਾਰਡ ਆਇਆ ਹੋਇਆ ਕੋਰਟ ਦੇ ਸਾਹਮਣੇ ਵੀ ਆਇਆ ਹੋਇਆ 40,000 ਦੇ ਵਿੱਚੋਂ 5,225। ਮੈਂ ਤੁਹਾਡਾ ਹੁਣ ਟੈਕਨੀਕਲ ਗਰਾਊਂਡ, ਅਸੀਂ ਤੁਹਾਨੂੰ ਟੈਕਨੀਕਲ ਗਰਾਊਂਡ ਦੀ, ਮੈਂ ਤੁਹਾਨੂੰ ਗਰਾਊਂਡ ਦੱਸ ਦਿੰਦਾ। 20 ਤਰੀਕ ਨੂੰ ਸਕਰੂਟਨੀ ਸੀਗੀ, ਸਾਰਾ ਦਿਨ ਸਕਰੂਟਨੀ 'ਚ ਲੱਗਦਾ ਨਹੀਂ, ਅਸੈਂਬਲੀ ਚੋਣਾਂ 'ਚ ਜ਼ਿਆਦਾ ਵੱਡੀ ਨਾਮਜ਼ਦਗੀਆਂ ਹੁੰਦੀਆਂ, ਪਰ ਤੁਸੀਂ ਕੀ ਕੀਤਾ ਉੱਥੇ ਅਨਾਊਂਸ ਕਰਤਾ ਵੀ ਅਗਲੇ ਦਿਨ ਲੱਗਣੀ ਹੈ ਲਿਸਟ ਜਿਹੜੀ ਕੈਂਸਲ ਹੋਣੀ ਹੈ, ਨਾਮਜ਼ਦਗੀਆਂ ਰੱਦ ਹੋਣੀਆਂ ਜਾਂ ਜਿਹੜੇ ਪਾਸ ਹੋਏ ਆ। ਰਾਤ ਨੂੰ ਛੁੱਪ ਕੇ ਜਦੋਂ ਸਾਰੇ ਦੇ ਸਾਰੇ ਉੱਥੇ ਰਸ਼ ਖਤਮ ਹੋ ਗਿਆ, ਰਾਤ ਨੂੰ 1 ਵਜੇ ਲਿਸਟ ਲਗਾਤੀ ਬਿਨਾਂ ਕੋਈ ਰੀਜ਼ਨ ਦਿੱਤੇ। ਐਂਡ ਤੁਹਾਡੀ ਦੇਖੋ ਇਸ ਗੱਲ ਨੂੰ ਹਾਈ ਕੋਰਟ ਨੇ ਕਨਫਰਮ ਕੀਤਾ, ਹਾਈ ਕੋਰਟ ਨੇ, ਇੱਕ ਮਿੰਟ, ਤੁਸੀਂ ਹਾਈ ਕੋਰਟ ਨੂੰ ਵੀ ਗਲਤ ਕਹਿ ਰਹੇ ਹੋ, ਜੇ ਹਾਈ ਕੋਰਟ ਨੇ ਕਨਫਰਮ ਕੀਤਾ 48 ਘੰਟੇ ਦਾ ਟਾਈਮ ਦਿੱਤਾ, ਉਸ ਤੋਂ ਬਾਅਦ ਐਸੇ ਚੈਨਲ ਦੇ ਉੱਪਰ ਤੁਸੀਂ ਮੰਨੇ ਹੋ
ਤੁਹਾਡੇ ਹੀ ਨੁਮਾਇੰਦੇ ਮੰਨੇ ਆ ਕਿ ਮੋਗੇ ਦੇ ਵਿੱਚ ਤੇ ਜਲੰਧਰ ਦੇ ਵਿੱਚ ਨਾਮਜ਼ਦਗੀਆਂ ਫਿਰ ਪਾਰਤ ਹੋਈਆਂ, ਇਹ ਕਿਵੇਂ ਹੋ ਗਿਆ? ਇਹਦਾ ਮਤਲਬ ਪਹਿਲਾਂ ਉਹ ਗਲਤ ਹੋਈਆਂ ਨਾ, ਪਰ ਹੁਣ ਉੱਥੇ ਜਿਹੜੇ ਬੰਦੇ ਬਚ ਗਏ ਫਿਰ ਤੁਹਾਡੇ MLA ਸਾਹਿਬਾਂ ਦੇਖਦੇ TV ਦੇ ਉੱਪਰ ਧਮਕੀਆਂ ਦਿੰਦੇ, ਦੇਖੋ ਜੀ ਜੇ ਸਰਵਸੰਮਤੀ ਕਰੋਗੇ ਠੀਕ ਹੈ, ਨਹੀਂ ਤਾਂ ਸਾਨੂੰ ਕਰਵਾਉਣੀ ਹੁੰਦੀ ਹੈ। ਜਿਹੜਾ ਬਚੇ ਕੁਛ ਰਹਿ ਗਏ ਉੱਥੇ ਤੁਸੀਂ ਬੈਲਟ ਬਾਕਸਾਂ ਨੂੰ ਅੱਗ ਲਵਾ ਤੀ, ਬੰਦੇ ਮਰਵਾ ਤੇ ਤੇ ਪੂਰੀ ਗੁੰਡਾਗਰਦੀ ਕਰਕੇ। ਮੈਂ ਬ੍ਰੇਕ ਲੈਣਾ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਕਰਨਾ ਚਾਹੂੰਗਾ, ਇਹ ਤਾਂ ਦੋਨੋਂ ਲਕੀਰ ਲੰਬੀ ਕੰਚ ਲੱਗੇ ਆ, ਮਾੜਾ ਕੋਣ ਅਤੇ ਚੰਗਾ ਕੋਣ, ਤੁਸੀਂ ਕਿਹੜੀ ਲਕੀਰ 'ਚ ਲੱਗੇ ਹੋ? ਅਸੀਂ ਤੁਹਾਡੀ ਤਾਂ ਲਕੀਰ ਜਦੋਂ ਛੋਟੀ ਹੁੰਦੀ ਮਾਰਨ ਦੀ, ਬੰਦੇ ਮਰਵਾ ਤੇ, ਬੰਦੇ ਮਰਵਾ ਤੇ ਤੁਹਾਡੀ ਲਕੀਰ ਜਦੋਂ ਛੋਟੀ ਹੁੰਦੀ ਜਾ ਰਹੀ ਹੈ ਸਾਡੇ ਤੇ। ਅਸੀਂ ਮੈਂ ਪਹਿਲਾਂ ਵੀ ਕਿਹਾ ਕਿ ਤੁਸੀਂ ਜੇ ਪੋਲਿਟਿਕਸ ਨੂੰ ਚੇਂਜ ਕਰਨਾ, ਯੂ ਮੇ ਨਾਟ ਯੂ ਨੀਡ ਨਾਟ ਕਮ ਇਨ ਪਾਵਰ, ਠੀਕ ਹੈ ਨਾ? ਬਿਨਾਂ ਪਾਵਰ ਤੁਸੀਂ ਆਪਦੀ ਆਮ ਆਦਮੀ ਪਾਰਟੀ ਲਾਈਨ ਤੋਂ ਪਾਸੇ ਉੱਡ ਰਹੇ ਹੋ ਕਿਵੇਂ? ਤੁਹਾਡੀ ਪਾਰਟੀ ਨੇ ਜਦੋਂ ਸੱਤਾ ਵਿੱਚ ਆਉਣਾ ਸੀਗਾ, ਸਿਆਸਤ ਕਰਨੀ ਸੀ, ਉਦੋਂ ਕਿਹਾ ਸੀਗਾ ਚਿੱਕੜ ਵਿੱਚ ਆਉਣਾ ਪੈਣਾ ਚਿੱਕੜ ਸਾਫ਼ ਕਰਨ ਲਈ। ਬਿਲਕੁਲ, ਚਿੱਕੜ ਦੇ ਵਿੱਚ ਆ ਕੇ ਦੇਖੋ, ਮੈਂ ਦੋਨੋਂ ਗੱਲਾਂ ਤੁਹਾਨੂੰ ਸਮਝਾ ਤੁਹਾਨੂੰ ਚਿੱਕੜ ਲੱਗਦਾ ਨਾ, ਇਹ ਤੁਸੀਂ ਉਤਰਦੇ ਕੋਈ ਪਏ ਚਿੱਕੜ 'ਚ? ਫਿਰ ਚਿੱਕੜ ਦੇ ਵਿੱਚ ਹੈਗੇ ਆ, ਅਸੀਂ ਉਤਰ ਕੇ ਸਾਫ਼ ਕਰ ਰਹੇ ਹਾਂ, ਕਰ ਰਹੇ ਹਾਂ ਜਿਹਨੇ ਲੋਕਾਂ ਨੂੰ ਅਸੀਂ ਸਪੋਰਟ ਕੀਤੀ ਕੀਤੀ ਹੈ, ਠੀਕ ਹੈ? ਜੇ ਕੋਈ ਨਹੀਂ, ਉੱਥੇ ਨਾਮਜ਼ਦਗੀਆਂ ਰੱਦ ਹੋਈਆਂ, ਸਾਡੀ ਵੀ ਪਟੀਸ਼ਨਾਂ ਲੱਗੀਆਂ ਸੀਗੀਆਂ। ਠੀਕ ਹੈ, ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਪਿੰਡਾਂ ਦੀ ਪਾਰਲੀਮੈਂਟ ਦਾ ਮਸਲਾ ਦੇਸ਼ ਦੀ ਪਾਰਲੀਮੈਂਟ ਤੱਕ ਪਹੁੰਚ ਗਿਆ ਹੈਗਾ, ਹਿੰਸਾ ਦਾ ਮਾਮਲਾ, ਉਹਦੇ ਵਿੱਚ ਕਾਰਵਾਈ ਦੀ ਮੰਗ ਚੁੱਕੀ ਗਈ ਹੈਗੀ ਆ। ਸਵਾਲ ਬ੍ਰੇਕ ਤੋਂ ਬਾਅਦ ਆ ਕੇ ਪੁੱਛਣਾ ਜ਼ਰੂਰ ਹੈਗਾ, ਇਹ ਹਿੰਸਾ ਕਰਵਾਉਂਦਾ ਕੌਣ ਹੈਗਾ, ਹਿੰਸਾ ਪਿੱਛੇ ਹੈ ਕੌਣ ਹੈ, ਇਹਦਾ ਮਾਸਟਰ ਮਾਈਂਡ ਕੌਣ ਹੈ, ਅਤੇ ਕੀ ਚਾਹੁੰਦਾ ਹੈ ਪਿੰਡਾਂ ਵਾਲਾ ਪੰਜਾਬ, ਇਹ ਪਿੰਡ ਦੇ ਜਿਹੜੇ ਮੂਡ ਹੈਗੇ ਆ, ਕੀ ਅਗਲੀਆਂ ਚੋਣਾਂ ਵਾਲਾ ਮੂਡ ਵੀ ਇਹਨੂੰ ਸਮਝਿਆ ਜਾਵੇ, ਜਾਂ ਸਿਰਫ ਇਹਨੂੰ ਪਿੰਡਾਂ ਦੀ ਉਸ ਸਥਾਨਕ ਢਾਂਚੇ ਤੱਕ ਇਹਨੂੰ ਸੀਮਤ ਰੱਖਿਆ ਜਾਵੇ। ਬ੍ਰੇਕ ਤੋਂ ਵਾਪਸ ਆ ਰਿਹਾ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਚਾਇਤੀ ਚੋਣਾਂ ਦੇ ਨਤੀਜਿਆਂ ਨੇ ਪੰਜਾਬ ਦਾ ਕਿਹੜਾ ਮੂਡ ਦੱਸਿਆ? ਡਾਕਟਰ ਪਹਿਲਾ ਗਰਗ, ਸਿਆਸਤ ਨੇ ਮੇਰੀ ਵਧਾਈ ਚੰਗੀ ਤਰ੍ਹਾਂ ਕਬੂਲੀ ਨਹੀਂ, ਨਾ ਸਿਆਸਤ ਨੂੰ ਕੋਈ ਹੋਰ ਵਧਾਈ ਦੇਣਾ ਚਾਹੁੰਦਾ, ਅਤੇ ਸਿਆਸਤ ਨੂੰ ਸਮਝ ਨਹੀਂ ਆ ਰਹੀ ਕਿ ਵਧਾਈ ਕਬੂਲੀਏ ਕਿਵੇਂ, ਖਾਸ ਕਰਕੇ ਉਹ ਜਿਹਨਾਂ ਦੇ ਹਮਾਇਤੀ ਜਾ ਜਿੱਤੇ ਹੈਗੇ। ਡਾਕਟਰ ਪਹਿਲਾ ਗਰਗ, ਕਿਸੇ ਨੂੰ ਤਾਂ ਵਧਾਈ ਦੇਣੀ ਬਣਦੀ ਹੈ ਨਾ, ਜੇ ਹਿੰਸਾ ਘਟੀ ਹੈ ਉਹਨਾਂ ਨੂੰ ਵਧਾਈ ਦੇਣੀ ਬਣਦੀ ਹੈ, ਜਿਨ੍ਹਾਂ ਨੇ ਸਰਵਸੰਮਤੀ ਕਰਾਈ ਉਹਨਾਂ ਨੂੰ ਵਧਾਈ ਦੇਣੀ ਬਣਦੀ ਹੈ, ਜਿਨ੍ਹਾਂ ਨੇ ਇੰਨੀ ਵੱਡੇ ਫੀਸਦ 'ਚ ਪੋਲਿੰਗ ਕੀਤੀ ਉਹਨਾਂ ਨੂੰ ਵਧਾਈ ਦੇਣੀ, ਕਿਸੇ ਨੂੰ ਤਾਂ ਵਧਾਈ ਦੇਣੀ ਪਊਗੀ ਨਾ? ਬਿਲਕੁਲ, ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣ ਦੀ ਗੱਲ ਹੈ, ਜਿਹੜੇ ਇੰਨੇ ਕੋਹਰੇ ਦੇ ਬਾਵਜੂਦ, ਇੰਨੀ ਠੰਡ ਦੇ ਬਾਵਜੂਦ, ਇੰਨਾ ਟੈਰਰ ਸਾਰੀਆਂ ਪਾਰਟੀਆਂ ਦੇ ਰਲੇ ਮਿਲੇ ਆਪਦੇ ਇੰਟਰਸਟ ਦੇ ਨਾਲ ਕ੍ਰੀਏਟ ਹੋਇਆ, ਜਿਹੜਾ ਉਸ ਟੈਰਰ ਦੇ ਬਾਵਜੂਦ ਉਹਨਾਂ ਨੇ ਵੋਟ ਪਾਈ ਹੈ, ਔਰ 80 ਤੋਂ ਲੈ ਕੇ 82% ਤੱਕ ਵੋਟ ਹੋਈ ਹੈ। ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ 80-85% ਵੀ ਤੱਕ ਵੀ ਗਈ ਹੈ, ਕੁਛ 75-76 ਤੱਕ ਗਈ ਹੈ। ਇੱਕ ਦੂਜੀ ਗੱਲ ਮੈਂ ਇਹਦੇ 'ਚ ਇਹ ਕਹਾਂਗਾ ਵੀ ਸਾਡੀ ਸਿਆਸਤ ਫਿਗਰਸ ਨੂੰ ਵੀ ਪਤਾ ਨਹੀਂ ਕਿੱਥੋਂ ਲੈਂਦੀ ਹੈ, ਕਿਵੇਂ ਦਿੰਦੀ ਹੈ। ਜਿਹੜੀਆਂ ਜਿੱਦੇ ਨਾਮਜ਼ਦਗੀਆਂ ਅਜੇ ਰੱਦ ਨਹੀਂ ਹੋਈਆਂ ਸੀ ਉਦੋਂ ਤੱਕ ਜਿਹੜੀ ਸੀ ਸਰਵਸੰਮਤੀਆਂ ਹੋ ਚੁੱਕੀਆਂ ਸੀ 1863 ਸਰਪੰਚਾਂ ਦੀਆਂ, 22,203 ਪੰਚਾਂ ਦੀਆਂ, 83,761 ਦੇ ਵਿੱਚੋਂ, ਯਾਨੀ ਕਿ 25% ਤੋਂ ਵੀ ਵੱਧ ਹੋ ਚੁੱਕੀਆਂ ਸੀ, ਉਹ ਸੀਗੀਆਂ ਲੋਕਾਂ ਨੇ ਕਰੀਆਂ ਸੀ, ਕਿਉਂਕਿ ਅਸੀਂ ਇੱਕ ਹੋਕਾ ਦਿੱਤਾ ਸੀ ਜਿੱਥੇ ਕਮਾਂਡ 'ਚ ਹੁੰਦੇ ਉਹ ਵੀ ਕਰੋ। ਉਸ ਤੋਂ ਬਾਅਦ ਜਿਹੜਾ ਕਾਗਜ਼ ਰੱਦ ਹੋਣ ਦੀ ਗੱਲ ਹੈ, 27,819 ਕਾਗਜ਼ ਰੱਦ ਹੋਣ ਦੀ ਪੂਰੀ ਗੱਲ ਸਾਹਮਣੇ ਆਈ, ਜਿਹ 'ਚੋਂ 7,28 ਕਾਗਜ਼ ਸਰਪੰਚਾਂ ਦੇ ਰੱਦ ਹੋਏ, ਅਤੇ 20,700 ਸਮਥਿੰਗ ਕਾਗਜ਼ ਜਿਹੜੇ ਸੀ ਉਹ ਪੰਚਾਂ ਦੇ ਰੱਦ ਹੋਏ। ਪੰਚਾਂ ਦੇ 1,65,700 ਦੇ ਕਰੀਬ ਕਾਗਜ਼ ਸੀ, ਜਿਨ੍ਹਾਂ 'ਚੋਂ 1,45,000 ਕਰੀਬ ਜਿਹੜੇ ਸੀ ਦਰੁਸਤ ਉਹ ਦਰੁਸਤ ਪਾਏ ਗਏ। ਸਰਪੰਚਾਂ ਦੇ 49,000 ਕਾਗਜ਼ ਸੀਗੇ ਕੁਛ, 49,200 ਸਮਥਿੰਗ, ਉਹਦੇ 'ਚੋਂ 7,728 ਦੇ ਰੱਦ ਹੋਏ ਅਤੇ 42,000 ਦੇ ਕਰੀਬ ਠੀਕ ਪਾਏ ਗਏ। ਇੱਕ ਤਾਂ ਇਹ ਗੱਲ ਹੈ, ਇਹ ਗੱਲ ਦੇ ਉੱਤੇ ਵੀ ਹੁਣ 5,400 ਹੋਏ, 5,200 ਹੋਏ, ਹਾਈਕੋਰਟ 'ਚ ਗਏ, ਇਹ ਬੜਾ ਕਚੋੜਾ। ਇਹ ਫਿਗਰਸ ਵੈਸੇ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੀਦਾ ਸੀ, ਇਮੀਡੀਏਟਲੀ ਆਪਦੇ ਵੈਬਸਾਈਟ 'ਤੇ ਪਾਉਣੀਆਂ, ਮੈਂ ਵੈਬਸਾਈਟ ਟਰਾਈ ਕਰਦਾ ਰਿਹਾ, ਵੈਬਸਾਈਟ 'ਤੇ ਫਿਗਰਸ ਅਵੇਲੇਬਲ ਨਹੀਂ, ਇਮੀਡੀਏਟਲੀ ਹੋਣੀ ਚਾਹੀਦੀਆਂ ਨੇ। ਇਹ ਪਬਲਿਕ ਟ੍ਰਾਂਸਪੇਰੈਂਸੀ ਦੀ ਜ਼ਰੂਰਤ ਹੈ, ਇਹ ਕਿਸੇ ਨੇ ਮੰਗ ਨਹੀਂ ਕਰੀ ਵੀ ਉਹਦੀ ਪੈ ਜਾਣ ਕੇ ਜੇ ਇੰਨੇ ਨੇ, ਤਾਂ ਕਿ ਫਿਗਰ ਜਦ ਮਰਜ਼ੀ ਆਪਣੀ ਮਰਜ਼ੀ ਨਾਲ ਚੇਂਜ ਕਰ ਦੋ, ਨਹੀਂ ਕੌਣ ਕਰਦਾ, ਮੰਗ ਪੋਲੀਟੀਕਲ ਪਾਰਟੀਆਂ ਨੂੰ ਕਰਨੀ ਚਾਹੀਦੀ, ਕਿਹੜੀ ਪਾਰਟੀ ਮੰਗ ਕਰਦੀ, ਕਿ ਇਹਨਾਂ ਨੇ ਮੰਗਣੀ ਨਹੀਂ, ਕਿਸੇ ਨੇ ਵੀ ਨਹੀਂ ਮੰਗਿਆ, ਨਾ ਵਿਰੋਧੀਆਂ ਨੇ ਮੰਗਿਆ, ਨਾ ਸਰਕਾਰ ਨੇ ਮੰਗਿਆ। ਦੇਖੋ ਇੱਕ ਸਰਕਾਰ ਦੀ ਡਿਊਟੀ ਸੀ ਕਿ ਜੀ ਇਹ ਪਾਉਣੇ ਚਾਹੀਦੇ ਨੇ, ਕਮਿਸ਼ਨ ਨੂੰ ਕਹਿੰਦੇ ਕਿ ਜੀ ਪੋਲੀਟੀ ਐਜ਼ ਏ ਕਾਂਗਰਸ ਪੋਲੀਟੀਕਲ ਪਾਰਟੀ ਤਾਂ ਕਹਿ ਸਕਦੀ ਸੀ ਕਿ ਜੀ ਪਾਓ ਸਾਡੇ 'ਤੇ ਦੋਸ਼ ਲੱਗ ਰਿਹਾ, ਚੋਣ ਕਮਿਸ਼ਨ ਤਾਂ ਕੁਛ ਦੱਸਣ ਨੂੰ ਤਿਆਰ ਨਹੀਂ ਸੀ, ਅਗਰ ਸਾਹਿਬ ਤੁਹਾਨੂੰ ਯਾਦ ਹੋਊਗਾ ਪੱਤਰਕਾਰਾਂ ਨੇ ਧਰਨਾ ਮਾਰਿਆ ਉੱਥੇ ਜਾ ਕੇ, ਨਹੀਂ ਦੱਸਣ ਨੂੰ ਤਿਆਰ ਸੀ, ਮੈਂ ਇਹੀ ਕਹਿਣਾ ਸੂਬਾ ਚੋਣ ਕਮਿਸ਼ਨ ਦੀ ਡਿਊਟੀ ਹੈ ਇਹ ਦੱਸਣਾ ਕਿ ਜੀ ਅੱਜ ਨਾਮਜ਼ਦਗੀਆਂ ਹੋ ਗਈਆਂ, ਕਾਗਜ਼ ਵਾਪਸ ਹੋ ਗਏ, ਹੁਣ ਇੰਨੇ ਕੈਂਡੀਡੇਟ ਮੈਦਾਨ 'ਚ ਨੇ, ਇਹ ਉਹਦੀ ਡਿਊਟੀ ਹੈ, ਇਹ ਕੰਸਟੀਟਿਊਸ਼ਨਲ ਡਿਊਟੀ ਹੈ ਇਲੈਕਸ਼ਨ ਕਰਾਉਣ ਦੀ। ਨਾ ਵਿਰੋਧੀਆਂ ਨੇ ਪੁੱਛਿਆ ਕਿ ਜੀ ਇਹ ਕਾਗਜ਼ ਰੱਦ ਕਰੀ ਜਾਂਦੇ, ਸਾਨੂੰ ਇਹ ਤਾਂ ਪਤਾ ਲੱਗ ਜਾਏ ਕਿੰਨੇ ਕੁ ਰੱਦ ਹੋਏ ਨੇ, ਨਾ ਕਾਂਗਰਸੀਆਂ ਨੇ ਰਾਜ ਕਰਨ ਵਾਲਿਆਂ ਨੇ ਪੁੱਛਿਆ ਕਿ ਜੀ ਸਾਡੇ 'ਤੇ ਦੋਸ਼ ਲੱਗਦੇ ਨੇ, ਸਾਨੂੰ ਐਂ ਤਾਂ ਦੱਸੋ ਵੀ ਰੱਦ ਕਿੰਨੇ ਹੋਏ ਨੇ ਅਤੇ ਪਾਸ ਕਿੰਨੇ ਹੋਏ ਨੇ, ਕਿਉਂ? ਕਿਉਂਕਿ ਇਹਨਾਂ ਦਾ ਕੋਈ ਇੰਟਰਸਟ ਨਹੀਂ ਇਸ ਗੱਲ 'ਚ ਕਿ ਟ੍ਰਾਂਸਪੇਰੈਂਸੀ ਹੋਵੇ। ਦੂਜੀ ਗੱਲ ਵਜਾ, ਦੂਜੀ ਮੈਨੂੰ ਬੇ ਸਵਾਲ ਜਵਾਬ ਦਿਓ ਗਰਗ ਸਾਹਿਬ, ਅੱਗੇ ਨਹੀਂ ਵਧੂੰਗਾ ਮੈਂ ਉੱਤੇ, ਕਰ ਟ੍ਰਾਂਸਪੇਰੈਂਸੀ ਕਿਉਂ ਨਾ ਹੋਵੇ? ਮੈਂ ਤਾਂ ਦੱਸਦਾ ਟ੍ਰਾਂਸਪੇਰੈਂਸੀ ਇਹ ਤਾਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਪੰਚਾਇਤਾਂ ਦੀਆਂ ਚੋਣਾਂ ਨੂੰ ਇਹ
ਕੁਨਬਾ ਪ੍ਰਸਤੀ 'ਚ ਬਦਲਣਾ ਚਾਹੁੰਦੇ ਨੇ। ਇਹ ਉੱਥੇ ਸਰਪੰਚ ਚੁਣਨ ਦੀ ਬਜਾਏ, ਇਹ ਪਿੰਡ ਦੀ ਪੰਚਾਇਤ ਚੁਣਨ ਦੀ ਬਜਾਏ, ਪਿੰਡ ਦੇ ਫੈਸਲੇ ਪਿੰਡ ਦੀ ਗ੍ਰਾਮ ਸਭਾ ਕਰੇ, ਡੀਸੈਂਟਰਲਾਈਜ਼ ਡੈਮੋਕ੍ਰੇਸੀ ਜਿਹੜੀ 73ਵੀਂ 74ਵੀਂ ਸੋਧ ਕਹਿੰਦੀ ਹੋਵੇ, ਉਹਦੀ ਬਜਾਏ ਚਾਹੁੰਦੇ ਨੇ ਵੀ ਅਸੀਂ ਆਪਦੇ ਹਲਕਾ ਇੰਚਾਰਜਾਂ ਰਾਹੀਂ, ਆਪਦੇ MLA ਰਾਹੀਂ ਸਰਪੰਚ ਨੂੰ ਦੁਮਛਲਾ ਬਣਾ ਕੇ ਗ੍ਰਾਂਟ ਦੇਈਏ, ਸਰਪੰਚ ਅੱਗੋਂ ਸਾਡੀ ਹਰ ਗੱਲ 'ਚ ਚੰਗੀ ਸਾਈ ਸਵੇਲੀ 'ਚ ਕੰਮ ਕਰੇ, ਅਤੇ ਸਰਪੰਚ ਇਸ ਤੱਕ ਲਿਮਿਟ ਹੋ ਜੇ ਵੀ ਭਾਈ ਇਹਦੇ 'ਤੇ ਕੇਸ ਦਰਜ ਕਰ ਦਿਓ, ਇਹਦੇ 'ਤੇ ਨਾ ਕਰੋ, ਇਹਨੂੰ ਥਾਣੇ 'ਚੋਂ ਛੱਡ ਦਿਓ, ਇਹਨੂੰ ਥਾਣੇ 'ਚ ਪਾਰਟੀ ਵਾਲੇ ਪਿੰਡ ਬੰਨ, ਪਾਰਟੀ ਵਾਲੇ ਸਰਪੰਚ ਬੰਨ, ਹਾਂ ਇਹਨੂੰ ਪੈਨਸ਼ਨ ਦੇ ਦਿਓ, ਇਹਨੂੰ ਨਾ ਦੇ ਦਿਓ। ਇਹ ਜਿਹੜੀਆਂ ਪੈਨਸ਼ਨਾਂ ਦੇਣੀਆਂ ਨੇ ਲਾਭਪਾਤਰੀ ਸਕੀਮਾਂ, ਚਾਹੇ ਕੇਂਦਰ ਸਰਕਾਰ ਦੀਆਂ ਨੇ ਚਾਹੇ ਸੂਬਾ ਸਰਕਾਰ ਦੀਆਂ ਨੇ, ਸਰਪੰਚ ਜਾਂ ਪੰਚਾਇਤ ਜਾਂ ਸੈਕਟਰੀ ਜਾਂ ਵੀਡੀਓ ਇੱਕ ਵੀ ਨਹੀਂ ਦੇ ਸਕਦਾ। ਇਹਦੀ ਆਈਡੈਂਟੀਫਿਕੇਸ਼ਨ ਕਰਨੀ ਆ ਗ੍ਰਾਮ ਸਭਾ ਨੇ, ਇਹ ਗ੍ਰਾਮ ਸਭਾ ਨਾ ਉਹਨਾਂ ਨੇ ਕਰਾਈ, ਪਹਿਲਿਆਂ ਨੇ ਨਾ ਹੋਣ ਵਾਲਿਆਂ ਨੇ ਕਰਾਈ। ਠੀਕ ਹੈ ਮਦਨਦੀਪ ਜੀ, ਸਵਾਲ ਬੜਾ ਮਹੱਤਵਪੂਰਨ ਹੈਗਾ ਕਿ ਟਰਾਂਸਪੇਰੈਂਸੀ ਕੌਣ ਨਹੀਂ ਚਾਹੁੰਦਾ ਹੈਗਾ। ਸਵਾਲ ਇਹ ਹੈਗਾ ਜਦੋਂ ਪਿੰਡਾਂ ਦੀ ਪਾਰਲੀਮੈਂਟ ਦਾ ਮਸਲਾ ਪਾਰਲੀਮੈਂਟ ਤੱਕ ਪਹੁੰਚਦਾ ਹੈਗਾ, ਉੱਥੇ ਜਾ ਕੇ ਇਹ ਮੁੱਦਾ ਚੁੱਕਿਆ ਜਾਂਦਾ ਹੈਗਾ, ਅਤੇ ਉੱਥੇ ਜੇ ਮੁੱਦਾ ਚੁੱਕਣ ਦੇ ਨਾਲ ਇਹ ਚੀਜ਼ਾਂ ਹੱਲ ਹੋ ਜਾਣ ਤਾਂ ਫਿਰ ਮੁੱਦੇ ਇਸ ਤੋਂ ਪਹਿਲਾਂ ਵੀ ਚੱਕੇ ਗਏ ਸੀਗੇ। ਇਸ ਮੁੱਦੇ ਨੂੰ ਚੱਕਣ ਦਾ ਮਸਲਾ ਸਿਰਫ ਸਿਆਸੀ ਹੈ ਜਾਂ ਇਹਦਾ ਕੋਈ ਅੱਗੇ ਹੱਲ ਵੀ ਹੈ ਦਿਸਦਾ ਪਿਆ ਤੁਹਾਨੂੰ? ਦੇਖੋ ਇਹ ਮਾਮਲਾ ਸਿਰਫ ਪੰਜਾਬ ਦਾ ਨਹੀਂ ਹੈਗਾ, ਸਾਰੇ ਹਿੰਦੁਸਤਾਨ ਦੇ ਵਿੱਚ ਇਹ ਹਾਲਾਤ ਹੈਗੇ ਆ। ਔਰ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਿਹਦੀ ਬਹੁ ਸੰਖਿਆ ਹੈ ਮੈਂਬਰਾਂ ਦੀ, ਜਾਂ ਸੱਤਾ ਜਿਹਦੀ ਕੇਂਦਰ ਦੇ ਵਿੱਚ, ਉਹਦੇ ਬੰਦੇ ਜਿਹੜੇ ਹੈਗੇ ਆ, ਜੇ ਉਹਨਾਂ ਦੇ ਅਗੇਂਸਟ ਕਿਤੇ ਕੁਛ ਹੁੰਦਾ ਤਾਂ ਉਹਦਾ ਰੌਲਾ ਪਾਰਲੀਮੈਂਟ 'ਚ ਪੈਂਦਾ ਆ। ਸੋ ਹੁਣ ਇਹ ਕਿਉਂਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਆ, ਇਹਨਾਂ ਨੂੰ ਵੀ ਉੱਥੇ ਮੁੱਦਾ ਚੁੱਕਣ ਦਾ ਮੌਕਾ ਜਿਹੜਾ ਹੈਗਾ ਉਹ ਦਿੱਤਾ ਗਿਆ ਆ। ਸਵਾਲ ਇਸ ਗੱਲ ਦਾ ਹੈਗਾ ਵੀ ਇਹ ਅਸਲ 'ਚ ਹੋ ਕਿਉਂ ਰਿਹਾ ਹੈ। ਡਾਕਟਰ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਆ, ਉਸ ਗੱਲ ਦੇ ਵਿੱਚ ਇੱਕ ਅਮੈਂਡਮੈਂਟ ਮੈਂ ਇਹ ਕਰਨੀ ਚਾਹੁੰਦਾ ਹਾਂ ਕਿ ਲੋਕ ਸਭਾ ਚੋਣਾਂ ਸਿਰ 'ਤੇ ਹੈਗੀਆਂ, ਲੋਕ ਸਭਾ ਹੋਵੇ ਜਾਂ ਵਿਧਾਨ ਸਭਾ ਦੀ ਚੋਣਾਂ ਹੋਣ, ਉਹਦੇ ਵਿੱਚ ਪੰਚਾਇਤਾਂ ਦੀ ਬੜੀ ਵੱਡੀ ਭੂਮਿਕਾ ਰਹਿੰਦੀ ਹੈ ਵੀ ਪਿੰਡ ਦੇ ਲੋਕਾਂ ਨੂੰ ਜਿਹੜਾ ਹੈਗਾ ਕਿਵੇਂ ਵਰਤਣਾ ਆ, ਸਰਪੰਚ ਨੂੰ ਸਰਪੰਚ ਦੇ ਰਾਹੀਂ ਕਿਵੇਂ ਅਸੀਂ ਉੱਥੋਂ ਵੋਟਾਂ ਜਿਹੜੀਆਂ ਉਹ ਇਕੱਠੀਆਂ ਕਰਨੀਆਂ ਆ। ਇਹ ਬੇਸ ਬਣਾਉਣ ਵਾਸਤੇ ਸਾਰਾ ਜਿਹੜਾ ਕੰਮ ਹੈਗਾ ਆ, ਪਿੰਡਾਂ ਦੇ ਪੰਚਾਇਤਾਂ ਨੂੰ ਆਪਣੇ ਹਿਸਾਬ ਨਾਲ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਆਪਣੇ ਹਿਸਾਬ ਨਾਲ ਤਿਆਰ ਕਰਦੀਆਂ ਆਉਂਦੀਆਂ ਸ਼ੁਰੂ ਤੋਂ ਹੀ। ਅਕਾਲੀ ਦਲ ਵੀ ਇਹੀ ਕਰਦਾ ਆ, ਇਹ ਵੀ ਇਹੀ ਕਰਦੇ ਆਏ ਆ। ਮੇਰੇ ਡਾਕਟਰ ਸਾਹਿਬ ਨਾਲ ਗੱਲ ਹੋ ਰਹੀ ਸੀ ਇਸ ਤੋਂ ਪਹਿਲਾਂ, ਡਾਕਟਰ ਸਾਹਿਬ ਵੀ ਇਹ ਗੱਲ ਇਸ ਗੱਲ ਨਾਲ ਸਹਿਮਤ ਹੈਗੇ ਆ ਕਿ ਕਾਂਗਰਸ ਨੇ ਜਦੋਂ ਪਿਛਲੀ ਵਾਰ ਜਦੋਂ ਅਕਾਲੀ ਭਾਜਪਾ ਦੀ ਸੱਤਾ ਸੀ ਪੰਜਾਬ 'ਚ, ਅਤੇ ਜਦੋਂ ਉਦੋਂ ਇਲੈਕਸ਼ਨਾਂ ਹੋਈਆਂ ਸੀ ਪਿੰਡਾਂ ਦੀਆਂ ਪੰਚਾਇਤਾਂ ਦੀਆਂ, ਉਦੋਂ ਵੀ ਇਸੇ ਤਰ੍ਹਾਂ ਹੋਇਆ, ਪਰ ਕਾਂਗਰਸ ਨੇ ਇਸ ਮੁੱਦੇ ਨੂੰ ਉਸ ਤਰ੍ਹਾਂ ਨਾਲ ਜਾਣ ਬੁੱਝ ਕੇ ਨਹੀਂ ਉਛਾਲਿਆ। ਕਿਉਂਕਿ ਕਾਂਗਰਸ ਨੂੰ ਪਤਾ ਸੀ ਵੀ ਜਦੋਂ ਸਾਡੀ ਸੱਤਾ ਆਉਣੀ ਹੈ ਅਸੀਂ ਵੀ ਇਹੀ ਕੁਛ ਕਰਨਾ ਆ। ਪਰ ਅਕਾਲੀ ਕਿਉਂਕਿ ਇਸ ਵੇਲੇ ਬਹੁਤ ਕਮਜ਼ੋਰ ਪੈ ਕੇ ਚੁੱਕੇ ਆ, ਜੇ ਅਕਾਲੀ ਕਮਜ਼ੋਰ ਨਾ ਹੁੰਦੇ, ਜੇ ਅਕਾਲੀਆਂ ਨੂੰ ਜ਼ਰਾ ਵੀ ਉਮੀਦ ਹੁੰਦੀ ਕਿ ਅਗਲੀ ਵਾਰ ਸਾਡੀ ਸੱਤਾ ਆਉਣੀ ਹੈ ਤਾਂ ਅਕਾਲੀਆਂ ਨੇ ਰੌਲਾ ਨਹੀਂ ਸੀ ਪਾਉਣਾ ਜਿਹੜਾ ਹੁਣ ਪੈ ਰਿਹਾ ਆ। ਇਦੋਂ ਵੀ ਜ਼ਿਆਦਾ ਗੁੰਡਾਗਰਦੀ ਹੋ ਜਾਂਦੀ, ਇਦੋਂ ਵੀ ਜ਼ਿਆਦਾ ਲਾਠੀਆਂ ਚੱਲ ਜਾਂਦੀਆਂ, ਇਦੋਂ ਵੀ ਜ਼ਿਆਦਾ ਬੰਦੇ ਮਰ ਜਾਂਦੇ, ਇਹ ਬੂਥ ਖਾਲੀ ਭਾਂਡੇ ਨਹੀਂ ਖੜਕ ਰਹੇ। ਇਹਦਾ ਮਤਲਬ ਇਹ ਹੈਗਾ ਕਿ ਉਹਨਾਂ ਨੇ ਇਸ ਇਲੈਕਸ਼ਨ ਨੂੰ ਆਪਣੀ ਹੋਂਦ ਦੀ ਆਪਣੀ ਜ਼ਮੀਨ ਤਿਆਰ ਕਰਨ ਵਾਸਤੇ ਜਿਹੜਾ ਹੈਗਾ ਉਹ ਵਰਤ ਰਹੇ ਅਕਾਲੀ ਦਲ। ਨਹੀਂ ਤੁਸੀਂ ਇਹ ਗੱਲ ਕਹਿਤੀ ਵੀ ਅਕਾਲੀ ਦਲ ਆਪਣੀ ਹੋਂਦ ਲਈ ਇਸ ਨੂੰ ਵਰਤ ਰਿਹਾ ਜੀ, ਉਹਨਾਂ ਨੂੰ ਇਹ ਪਤਾ ਹੁੰਦਾ ਜੇ ਉਹਨਾਂ ਨੇ ਪੱਕੇ ਹੀ ਆਉਣਾ ਤੇ ਫਿਰ ਇਹਨਾਂ ਰੋਲਾ ਨਾ ਨਹੀਂ ਪੈਣਾ। ਫਿਰ ਆਮ ਆਦਮੀ ਪਾਰਟੀ ਕਿਉਂ ਚੁੱਪ ਬੈਠੀ ਸੀ? ਆਮ ਆਦਮੀ ਪਾਰਟੀ ਕਹਿੰਦੀ ਅਸੀਂ ਪਟੀਸ਼ਨਾਂ ਪਾਈਆਂ ਕੋਰਟ ਦੇ ਵਿੱਚ, ਆਮ ਆਦਮੀ ਪਾਰਟੀ ਕਹਿੰਦੀ ਅਸੀਂ ਮੰਗ ਪੱਤਰ ਦਾ ਚੋਣ ਕਮਿਸ਼ਨ ਨੂੰ ਦਿੱਤਾ। ਆਮ ਆਦਮੀ ਪਾਰਟੀ ਦੀ ਗਰਾਊਂਡ ਤੇ ਉਹ ਐਕਟੀਵਿਟੀ ਤੁਹਾਨੂੰ ਦਿਖੀ? ਦੇਖੋ ਬੜਾ ਇੱਕ ਸਪਸ਼ਟ ਕਾਰਨ ਹੈਗਾ ਆਮ ਆਦਮੀ ਪਾਰਟੀ ਦਾ, ਆਮ ਆਦਮੀ ਪਾਰਟੀ ਦੀ ਹਾਲੇ ਉਹ ਮੁਕਤ ਨਹੀਂ ਹੈਗੀ ਪੰਜਾਬ ਦੇ ਅੰਦਰ ਇਸ ਵੇਲੇ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਕਦਮ ਨੂੰ ਜਿਹੜਾ ਹੈਗਾ ਉਹਨਾਂ ਗੰਭੀਰਤਾ ਨਾਲ ਜਾਂ ਉਹਨਾਂ ਚੁੱਕਿਆ ਜਾਊਗਾ ਜਾਂ ਉਹਨਾਂ ਸੀਰੀਅਸ ਲਿਆ ਜਾਊਗਾ ਜਾਂ ਉਹਦੇ 'ਤੇ ਰੌਲਾ ਪੈ ਜਾਊਗਾ। ਅਕਾਲੀ ਦਲ ਸਮਰੱਥ ਆ, ਅਕਾਲੀ ਦਲ ਕੋਲ ਇੱਕ ਸਿਆਸੀ ਬੇਸ ਆ ਪੰਜਾਬ 'ਚ ਜਿਹੜਾ ਕਿ ਆਮ ਆਦਮੀ ਪਾਰਟੀ ਕੋਲ ਹਾਲੇ ਨਹੀਂ ਹੈਗਾ। ਜੇ ਆਮ ਆਦਮੀ ਪਾਰਟੀ ਦਾ ਪੱਧਰ ਜਿਹੜਾ ਹੈਗਾ ਜਾਂ ਇਹਦਾ ਬੇਸ ਉਸ ਤਰ੍ਹਾਂ ਦਾ ਹੁੰਦਾ ਤਾਂ ਆਮ ਆਦਮੀ ਪਾਰਟੀ ਦੀ ਵੋਕਲ ਜ਼ਿਆਦਾ ਹੁੰਦੀ, ਅਕਾਲੀ ਦਲ ਨੂੰ ਕਿਸੇ ਨਹੀਂ ਸੀ ਸੁਣਨਾ। ਪਰ ਅਕਾਲੀ ਦਲ ਦੇ ਜਿਹੜੇ ਮੈਂਬਰ ਉੱਥੇ ਬੋਲ ਰਹੇ ਆ, ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਣਾ ਜਿਹੜਾ ਹੈਗਾ ਉਹ ਮਰਜ਼ੀ ਨਾਲ ਤੁਸੀਂ ਨਹੀਂ ਚੁੱਕ ਸਕਦੇ, ਤੁਹਾਨੂੰ ਬਕਾਇਦਾ ਤੌਰ 'ਤੇ ਮੌਕਾ ਦਿੱਤਾ ਜਾਂਦਾ ਆ। ਕਿਉਂਕਿ ਸੈਂਟਰ ਦੇ ਵਿੱਚ ਸੱਤਾ ਜਿਹੜੀ ਹੈਗੀ BJP ਦੀ ਆ, ਜਿਹੜੀ ਕਿ ਅਕਾਲੀ ਦਲ ਦੀ ਭਾਈਵਾਲ ਆ, ਇਸ ਕਰਕੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਬਹੁਮਤ ਹੋਣ ਕਰਕੇ ਅਕਾਲੀ ਦਲ ਨੂੰ ਇਸ ਤਰ੍ਹਾਂ ਦੇ ਮੁੱਦੇ ਚੱਕਣ ਦਾ ਮੌਕਾ ਮਿਲਦਾ ਆ, ਜਿਹੜਾ ਕਿ ਅੱਗੇ ਜਾ ਕੇ ਲੋਕ ਸਭਾ ਇਲੈਕਸ਼ਨਾਂ ਵਿੱਚ ਚਾਹੁੰਦੇ ਵੀ ਅਸੀਂ ਇਹਦਾ ਫਾਇਦਾ ਲਈਏ। ਠੀਕ ਹੈ, ਠੀਕ ਹੈ। ਜਸਵੀਰ ਸਿੰਘ, ਆਮ ਆਦਮੀ ਪਾਰਟੀ ਕੋਲ ਕੋਈ ਮੌਕਾ ਆਊਗਾ ਪੰਜਾਬ ਦੇ ਪਿੰਡਾਂ 'ਚ ਦਾਖਲ ਹੋਣ ਦਾ? ਉਸ ਪੱਧਰ 'ਤੇ ਜਿਸ ਪੱਧਰ 'ਤੇ ਅਕਾਲੀ ਆਮ ਆਦਮੀ ਪਾਰਟੀ ਨੂੰ ਪਿੰਡਾਂ ਦੇ ਸਰਪੰਚ, ਪਿੰਡਾਂ ਦੇ ਲੋਕ ਇਹ ਕਹਿਣ ਕਿ ਇਹ ਪਾਰਟੀ ਸੱਤਾ ਬਦਲਾਈ ਸੀ ਅਤੇ ਅਸੀਂ ਇਹਨਾਂ ਨਾਲ ਖੜੇ ਹਾਂ? ਹਵਾ ਨੂੰ ਛੱਡ ਦਿਓ, ਹਵਾ ਤਾਂ ਚਲੀ ਗਈ ਹੁਣ ਜਿਹੜੀ ਸੀ ਤੁਹਾਡੇ ਨਾਲ। ਦੇਖੋ ਮੈਂ ਤੁਹਾਨੂੰ ਦੱਸਦਾ, ਜਿਹੜੀ ਇਲੈਕਸ਼ਨ ਹੁੰਦੀ ਅਸੈਂਬਲੀ ਚੋਣਾਂ, ਅਸੈਂਬਲੀ ਚੋਣਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਾਉਂਦਾ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਕੰਪੈਰੇਟਿਵਲੀ ਇਹਨਾਂ ਦੇ ਕੰਪੈਰੇਟਿਵਲੀ ਸਟੇਟ ਇਲੈਕਸ਼ਨ ਕਮਿਸ਼ਨ ਦੇ, ਉਹ ਜ਼ਿਆਦਾ ਇੰਡੀਪੈਂਡੈਂਟ ਹੈ।
क्योंकि देखो जिहड़ियां हुण असैम्बली चोणां होईआं सी उहदे च असीं बकायदा किया कि हाँ जी चोण कमिशन का ठीक कम सीगा असैम्बली वेले, पर उस तो बाद स्टेट इलैक्शन कमिशन दा तुहानूं मैं एक छोटा जिहा एग्जाम्पल दस दिंदा। जिहड़ियां रिट्स भी पईआं सीगीआं हाई कोर्ट दे विच, तुसीं इह देखो के पी जी कि स्टेट इलैक्शन कमिशन वालों पता किहड़े वकील पेश होए? नहीं नहीं दस रहा मैं किवें स्टेट इलैक्शन कमिशन वालों पंजाब सरकार दे वकील पेश होए है। सो ये जदों इलैक्शन कमिशन ऑफ इंडिया ने करवाई सी असैम्बली चोणां उदों भी एक रिट पाई सी आम आदमी पार्टी ने, उदों इलैक्शन कमिशन ऑफ इंडिया वालों जिहड़े वकील पेश होए सी इंडिपेंडेंट होए सी उन्हां दे पैनल तों। इस तों पता लगता है कि जिहड़ा स्टेट इलैक्शन कमिशन उह टोटली इहनां दे कंट्रोल च है, ठीक है ना। जिहड़ी जिहड़े उह दो तीन अफसर भी ट्रांसफर कीते उह भी जिहड़े कांग्रेस दे MLA है, भावें उस तो बाद अस्तीफा दे गए, वो कांग्रेस के MLA की शिकायत के उपर उन्होंने एक्शन लिया। साड़ी शिकायतों के उपर मैं थोनू बड़ा एक सिंसेयरली दस रहा, मैं बहुत कंप्लेंट्स आई हैं, मैं असी जाके मिले भी हैं स्टेट इलैक्शन कमिशन को, पर असी देख लिया कारपोरेशन के इलैक्शन चुकी स्टेट इलैक्शन कमिशन परिषद की इलैक्शन सेंटर इलैक्शन कमिशन करावे नहीं सेंटर अकाली दल मांग कर रहा नहीं इलैक्शन कमिशन ऑफ इंडिया जिहड़ा है ना वो मैं तो कहना हर एक चोण करवानी चाहिए है, बट वो नहीं उन्होंने को भी रिसोर्सिज नहीं है, ठीक है ना। पर ए कोई डाउट नहीं कि सानू एक कैडर बेस्ड पार्टी का मुकाबला करना पै रहा, ठीक है ना। ये मदनदीप जी की गल 110% सही है, पर असी फिर भी मुकाबला करांगे, करते रहेंगे जब तक जिंदे करांगे, ठीक है। एक छोटा जिहा होर वक्फा लवेंगे, वक्फे तो वापस आवेंगे। की चाहता है पिंडा वाला पंजाब, वापस आके यही सवाल मुड़ दोहरावांगे। सवाल असं इको पुछ रहे हैं, सवाल असं ये पुछ रहे हैं पंचायती चोणों के नतीजे ने पंजाब का किहड़ा मोड़ दस्सिया? अमृतसर धारनी साडा इस चर्चा दे सोशल मीडिया जां होर विचों मीडिया मूसेवाले की चर्चा बहुत करता रहा। मैं सवाल मूसेवाले दा नहीं पुछ रहा, मैं सवाल ये पुछूंगा कि तुसीं ये मंग कर रहे हो कि इलैक्शन कमीशन ऑफ इंडिया ये वोटां करवावे? बिल्कुल असीं तां ये चाहुंदे हां, क्योंकि जिहड़ा पंजाब दा जिहड़ा इलैक्शन कमीशन है ਉਹ ਇੰਨਾ ਜ਼ਿਆਦਾ ਮਤਲਬ ਵੀਕ ਔਰ ਅਪਾਹਜ ਹੋ ਚੁੱਕਿਆ। ਇਹ ਵੀਕ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਕਿਹਨੇ ਲਾਇਆ ਸੀ? ਨਹੀਂ ਲਾਇਆ ਕਿਹਨੇ ਲਾਇਆ ਸੀਗਾ ਧਾਰਨੀ ਸਾਹਿਬ? ਮੈਂ ਦੱਸਦਾ ਹਾਂ ਕਿ ਬਿਲਕੁਲ ਜਦੋਂ ਉਹਦੀ ਟਨੇਔਰ ਪਹਿਲੇ ਦੀ ਖਤਮ ਹੋਈ ਤਾਂ ਦੂਜਾ ਲਾਤਾ, ਪਰ ਇਹ ਤੁਸੀਂ ਨਹੀਂ ਕਹਿ ਸਕਦੇ ਕਿ ਉਹਦੀਆਂ ਕੀ ਮਜਬੂਰੀਆਂ ਹੈਗੀਆਂ ਕਿਸ ਰੀਜ਼ਨਸ ਕਰਕੇ, ਕਿਉਂਕਿ ਪਿਛਲੀਆਂ ਤੁਹਾਡੇ ਵੱਲੋਂ ਤਕੜਾ ਤੁਸੀਂ ਲਾਇਆ ਸੀਗਾ? ਆਪਣੇ ਵੱਲੋਂ ਅਸੀਂ ਤਕੜਾ ਲਾਇਆ ਸੀ, ਪਤਾ ਨਹੀਂ ਵੀ ਇਹ ਹੁਣ ਤੁਹਾਡੀ ਗੱਲ ਨਹੀਂ ਮੰਨੀ ਜਾ ਰਹੀ। ਨਹੀਂ ਨਹੀਂ ਅਸੀਂ ਕਿਉਂ ਕਹੀਏ ਕਿ ਸਾਡੀ ਗੱਲ ਕਿਉਂ ਨਹੀਂ ਮੰਨੀ ਜਾ ਰਹੀ? ਫਿਰ ਕਿਉਂ ਦੇਖੋ ਪਿੱਛੇ ਕਿਉਂ ਤੁਹਾਡਾ ਭਰੋਸਾ ਕਿਉਂ ਉੱਠ ਗਿਆ? ਦੇਖੋ ਉਹ ਤੁਹਾਡੇ ਸਾਹਮਣੇ ਆ, ਸਾਡਾ ਭਰੋਸਾ ਨਹੀਂ ਉੱਠਿਆ, ਤੁਹਾਡੇ ਸਾਹਮਣੇ ਆ, ਕਿਉਂਕਿ ਜਦੋਂ ਮਿਊਂਸੀਪਲ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਹੋਈਆਂ, ਉਹ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਇਲੈਕਸ਼ਨਾਂ ਹੋਈਆਂ, ਉਹ ਤੋਂ ਬਾਅਦ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋਈਆਂ, ਇੰਨਾ ਮਤਲਬ ਜਿਹੜਾ ਅਪਾਹਜ ਹੋ ਕੇ ਖੜਾ ਹੋ ਗਿਆ ਇਲੈਕਸ਼ਨ ਕਮਿਸ਼ਨ ਕਿ ਉਹਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਮੈਂ ਕਰਾਂ ਕੀ। ਠੀਕ ਔਰ ਨੰਬਰ 2 ਤੇ ਮੈਂ ਤੁਹਾਨੂੰ ਦੱਸਦਾ ਕਿ ਸਾਰਾ ਮੈਟਰ ਹਾਈ ਕੋਰਟ ਦੇ ਵਿੱਚ ਹੈ, ਫਿਰ ਵੀ ਉਹ ਪਤਾ ਨਹੀਂ ਕਿੰਨਾ ਕੁ ਅਪਾਹਜ ਹੋਇਆ ਵਾ ਕਿ ਉਹ ਕੁਛ ਨਹੀਂ ਬੋਲਣਾ ਚਾਹੁੰਦਾ। ਹਾਈ ਕੋਰਟ ਇਹਨੂੰ ਡੀਲ ਕਰ ਸਕਦਾ ਇਸ ਮਸਲੇ ਨੂੰ? ਕਿਹਨੂੰ? ਇਸ ਮਸਲੇ ਨੂੰ ਡੀਲ ਕਰ ਸਕਦਾ ਹਾਈ ਕੋਰਟ ਕੋਲ? ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਹਾਈ ਕੋਰਟ ਕੋਲ ਇੰਨੀਆਂ ਪਾਵਰਾਂ ਹੈਗੀਆਂ, ਇੰਨੀਆਂ ਮਤਲਬ ਪਾਵਰਾਂ ਹੈਗੀਆਂ, ਉਹ ਇਹਦੇ ਖਿਲਾਫ ਕੋਈ ਵੀ ਸਟਰਕਚਰ ਪਾਸ ਕਰ ਸਕਦਾ। ਠੀਕ ਹੈ ਠੀਕ ਹੈ, ਮੈਂ ਵਾਪਸ ਆਊਂਗਾ ਇਸ ਸਵਾਲ ਦੇ ਬੜਾ ਗੰਭੀਰਤਾ ਨਾਲ ਵਿਚਾਰ ਕਰਾਂ। ਰਿਪਲ ਮਿੱਡਾ, ਇਹਦਾ ਮਤਲਬ ਸਿਆਸਤ ਸੂਬਾ ਚੋਣ ਕਮਿਸ਼ਨ ਨੂੰ ਕੋਈ ਵੀ ਸਿਆਸਤ ਹੋਵੇ ਆਦਿ ਤਰੀਕੇ ਨਾਲ ਵਰਤਦੀ ਹੈ? ਦੇਖੋ ਵੈਸੇ ਤਾਂ ਇਹ 10 ਸਾਲ ਰਾਜ ਕਰਕੇ ਗਏ ਨੇ, ਵੈਸੇ ਜਿਹੜੀਆਂ ਅੱਜ ਗੱਲਾਂ ਆ ਰਹੀਆਂ ਤਾਂ ਉੱਥੋਂ ਤਾਂ ਇਹ ਲੱਗਦਾ ਕਿ ਜਦੋਂ ਸਿੱਕੇ ਨੂੰ ਖੋਟ ਪੈ ਜਾਵੇ ਉਸ ਨੂੰ ਸਾਰਾ ਹੀ ਬਾਜ਼ਾਰ ਖੋਟਾ ਲੱਗਣ ਲੱਗ ਗਿਆ। ਅੱਜ ਪਤਾ ਨਹੀਂ ਕਿਸ ਤਰੀਕੇ ਜਿਹੜੇ ਹੁਣ ਤੋਂ ਪਹਿਲਾਂ ਸਥਾਪਿਤ ਨੇ ਔਰ ਉਹਨਾਂ ਦੇ ਉੱਤੇ ਹੁਣ ਅੱਜ ਇਸ ਬਾਜ਼ਾਰ ਦੇ ਵਿੱਚ ਸਰਕਾਰ ਸੂਬਾ ਚੋਣ ਕਮਿਸ਼ਨ ਨੂੰ ਵਰਤਦੀ ਹੈ ਜਾਂ ਨਹੀਂ? ਮੈਂ ਇਹ ਗੱਲ ਕਿਹਾ ਕਿ ਜਦੋਂ ਜਿਹੜਾ ਜਾਂ ਇਹ ਕਹਿ ਦਿਓ ਕਿ ਉਹ ਵਰਤਦੇ ਸੀ ਅਸੀਂ ਨਹੀਂ ਵਰਤਦੇ, ਸੂਬਾ ਜਾਂ ਇਹ ਕਹਿ ਦਿਓ ਕਿ ਉਹਨਾਂ ਨੇ ਵਰਤਿਆ ਸੀ ਇਸ ਲਈ ਅਸੀਂ ਵਰਤਣਾ ਸ਼ੁਰੂ ਕੀਤਾ, ਕੁਛ ਤਾਂ ਕਹੋ ਨਾ। ਦੇਖੋ ਜਿਹੜਾ ਸੂਬਾ ਚੋਣ ਕਮਿਸ਼ਨ ਜਿਹੜਾ ਉਹ ਇੰਡੀਪੈਂਡੈਂਟ ਹੈ ਔਰ ਜਿਹੜਾ ਆਪਣੇ ਪੱਧਰ ਤੇ ਕੰਮ ਕਰਦਾ, ਕੋਈ ਸਰਕਾਰ ਦੀ ਅਧੀਨ। ਤੁਹਾਨੂੰ ਲੱਗਦਾ ਤੁਹਾਨੂੰ ਇਹ ਲੱਗਦਾ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹ ਚੋਣਾਂ ਕਰਵਾਵੇ? ਨਹੀਂ ਦੇਖੋ ਮੈਂ ਤਾਂ ਇਹ ਜਿਹੜੀ ਹੈ ਜਿਹੜੀ ਮੈਂ ਪੰਜਾਬ ਜਿੱਥੇ ਗੱਲ ਚੱਲੀ ਹੋਈ ਹੈ ਪੰਜਾਬ ਨੂੰ ਵੱਧ ਅਧਿਕਾਰਾਂ ਦੀ, ਰਿਪਲ ਮਿੰਡਾ ਨਹੀਂ, ਰਿਪਲ ਮਿੰਡਾ ਸਿਆਸਤ ਪਤਾ ਕੀ ਕਰਦੀ, ਜੋ ਤਾਂ ਹਾਰ ਮਿਲਦੀ ਆ ਉਹ ਤਾਂ ਇਹੋ ਜਿਹੇ ਬਿਆਨ ਆ ਜਾਂਦੇ ਆ, ਜੋ ਜਿੱਤੇ ਹੁੰਦੇ ਉਦੋਂ ਕੋਈ ਬਿਆਨ ਨਹੀਂ ਦਿੰਦੇ ਜਿਵੇਂ ਤੁਸੀਂ ਨਹੀਂ ਦੇ ਰਹੇ। ਨਹੀਂ ਮੈਂ ਦੇ ਰਿਹਾ, ਮੈਂ ਤਾਂ ਤੁਹਾਨੂੰ ਇਹ ਗੱਲ ਦੇ ਰਿਹਾ ਵੀ ਉਸ ਦੌਰ ਦੇ ਵਿੱਚ ਜਿਸ ਵੇਲੇ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਗੱਲ ਚੱਲਦੀ ਹੈ ਉਸ ਵੇਲੇ ਸੈਂਟਰਲ ਇਲੈਕਸ਼ਨ ਕਮਿਸ਼ਨ ਦੀ ਗੱਲ ਜਾਂ ਮੰਗ ਰੱਖਣੀ ਇੱਕ ਦਈ ਉਚਿਤ ਨਹੀਂ ਹੈ, ਕਿਤੇ ਉਚਿਤ ਨਹੀਂ ਹੈ। ਇੰਡੀਆ ਦੇ ਵਿੱਚ ਕਾਂਗਰਸ ਪਾਰਟੀ ਕਦੇ ਵੀ ਇਹ ਮੰਗ ਨਹੀਂ ਕਰੇਗੀ ਪੂਰੇ ਭਾਰਤ ਦੇ ਵਿੱਚ? ਮੈਂ ਸਾਰੇ ਹਿੰਦੁਸਤਾਨ ਦੀ ਕਾਂਗਰਸ ਦਾ ਮੈਂ ਕੋਈ ਮੈਂ ਪੰਜਾਬ ਕਾਂਗਰਸ ਦੇ ਬਾਰੇ ਵਜੋਂ ਆਪਦੇ ਸੂਬੇ ਦੀ ਸਿਆਸਤ ਦੇ ਤੌਰ ਦੇ ਉੱਤੇ ਗੱਲ। ਠੀਕ ਹੈ, ਹੁਣੇ ਮੈਂ ਰਾਹੁਲ ਗਾਂਧੀ ਬਾਰੇ ਸਵਾਲ ਕਰ ਲੈਣਾ, ਤੁਸੀਂ ਨਾਲ ਦੇ ਠੇਕਾ ਲੈ ਲੈਣਾ ਹਰ ਚੀਜ਼ ਦਾ। ਰਿਪਲ ਮਿੱਡਾ, ਡਾਕਟਰ ਗਰਗ, ਰਿਪਲ ਮਿੱਡਾ ਹਰਾਂ ਨੇ ਜਿਹੜੀ ਗੱਲ ਕਹੀ ਹੈ, ਮੇਰਾ ਸਵਾਲ ਹੈਗਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਾਰੇ ਕਿਹਾ ਜਾਂਦਾ ਕਿ ਉਹ ਚੋਣਾਂ ਕਰਵਾਵੇ,
ਜਿਹੜਾ ਅਕਾਲੀ ਦਲ ਨੇ ਸਵਾਲ ਚੁੱਕਿਆ ਹੈਗਾ ਉਸ ਸਵਾਲ ਦੇ ਨਾਲ ਜਿਹੜਾ ਚੋਣ ਕਮਿਸ਼ਨਰ ਇਹਨਾਂ ਨੇ ਖੁਦ ਲਾਇਆ ਹੋਇਆ ਸੀ ਆਪ, ਇਹ ਭਰੋਸੇਯੋਗਤਾ ਦਾ ਸਵਾਲ ਹੈਗਾ, ਭਰੋਸੇਯੋਗਤਾ ਦੇ ਸਵਾਲ ਦੇ ਵਿਚਾਲੇ ਸੂਬਾ ਚੋਣ ਕਮਿਸ਼ਨਰ ਕਿੱਥੇ ਖੜਦਾ? ਮੈਂ ਇੱਕ ਗੱਲ 'ਤੇ ਆਵਾਂਗਾ ਪਹਿਲਾਂ ਛੋਟੀ ਜੀ, ਵੀ ਜਦ ਅਸੀਂ ਇਹ ਮੰਗ ਕਰਨ ਲੱਗ ਜਾਂਗੇ ਫਿਰ ਅਸੀਂ ਕਹਾਂਗੇ ਹਾਈ ਕੋਰਟ ਨਹੀਂ ਹੋਣੀ ਚਾਹੀਦੀ, ਸੁਪਰੀਮ ਕੋਰਟ ਫੈਸਲਾ ਕਰਿਆ ਕਰੇ, ਕਿਉਂਕਿ ਇਲੈਕਸ਼ਨ ਕਮਿਸ਼ਨ ਉਸੇ ਬਰਾਬਰ 'ਚ ਹੀ ਹੈ। ਹੈਂ ਫਿਰ ਅਸੀਂ ਕਹਾਂਗੇ ਜ਼ਿਲ੍ਹਾ ਅਦਾਲਤਾਂ ਨਹੀਂ ਹੋਣੀ ਚਾਹੀਦੀਆਂ, ਸਾਨੂੰ ਜਿਹੜੀਆਂ ਸੰਸਥਾਵਾਂ ਨੇ ਆਲਰੇਡੀ ਕੇਂਦਰ ਸਰਕਾਰ ਤੋੜੀ ਜਾ ਰਹੀ ਹੈ, ਸਾਨੂੰ ਸੰਸਥਾਵਾਂ ਨਹੀਂ ਤੋੜਨ ਦੇਣੀਆਂ ਚਾਹੀਦੀਆਂ। ਸੰਸਥਾਵਾਂ ਬੜੀਆਂ ਔਖੀਆਂ ਹੋ ਕੇ ਉਹਨਾਂ 'ਚ ਨੁਕਸ ਹੋ ਸਕਦੇ ਨੇ, ਉਹਨਾਂ ਇਹਨੂੰ ਮੈਂ ਸੰਘੀ ਢਾਂਚੇ ਨਾਲ ਜੋੜ ਸਕਦਾ? ਬਿਲਕੁਲ ਜੁੜਦਾ, ਸੰਘੀ ਢਾਂਚੇ ਦੀ ਸੰਘੀ ਪੁੱਟਦੇ ਪਏ ਹੈ। ਪੰਚਾਇਤਾਂ ਦੀ ਜਿਹੜੀ ਚੋਣ ਹੈ ਉਹ ਹੈ ਹੀ ਸਟੇਟ ਦਾ ਕੰਮ, ਉਹ ਸੈਂਟਰ ਦਾ ਕੰਮ ਹੀ ਨਹੀਂ ਹੈ। ਈਵਨ ਪਾਰਲੀਮੈਂਟ 'ਚ ਕੁਐਸਚਨ ਰੇਜ਼ ਕਰਨਾ ਇਹ ਠੀਕ ਹੈ, ਮਦਨਦੀਪ ਜੀ ਨੇ ਕਿਹਾ ਵੀ, ਕਿਉਂਕਿ ਉਹਨਾਂ ਨੂੰ ਅਲਾਓ ਕਰਤਾ, ਅਦਰਵਾਈਜ਼ ਤਾਂ ਕੁਐਸਚਨ ਪੰਜਾਬ ਦਾ, ਇਹ ਕੁਐਸਚਨ ਹੀ ਪੰਜਾਬ ਦਾ, ਇਹ ਕੁਐਸਚਨ ਜਿਹੜਾ ਹੈ ਇਹ ਪੰਜਾਬ ਦਾ, ਪੰਜਾਬ ਦੀ ਅਸੈਂਬਲੀ 'ਚ ਕਰੋ ਤੁਸੀਂ, ਇੱਥੇ ਮਾਰ ਲਓ ਧਰਨੇ ਜਿਹੜੇ ਮਾਰਨੇ ਨੇ, ਇਸ਼ੂ ਇਹ ਹੈ। ਮੈਂ ਇਹ ਕਹਿਣਾ ਵੀ ਜਦ ਤੁਸੀਂ ਸੰਘੀ ਢਾਂਚੇ ਦੀ ਗੱਲ ਘੁੱਟਣਾ ਸ਼ੁਰੂ ਕਰੋਗੇ, ਆਜ਼ਾਦੀ ਇਸ ਵਾਸਤੇ ਨਹੀਂ ਲੋਕਾਂ ਨੇ ਕਰਵਾਉਣੀ ਦਿੱਤੀਆਂ ਸੀ ਵੀ ਸਾਰਾ ਕੁਝ ਸੈਂਟਰ ਕੋਲ ਇਕੱਠਾ ਹੋ ਜਾਏ, ਸੈਂਟਰ ਪਹਿਲਾਂ ਹੀ ਕੰਕਰੈਂਟ ਲਿਸਟ ਪਾਈ ਜਾਂਦੀ ਹਰੇਕ ਸਵੇਰ ਨੂੰ, ਸਿੱਖਿਆ ਕੰਟਰੈਕਟ ਫਿਰ ਬਿਨਾਂ ਸੋਚੇ ਸਮਝੇ ਬਿਆਨ ਆ ਜਾਂਦੇ ਆ, ਡਾਕਟਰ ਗਰਗ ਕੋਈ ਤਾਂ ਹੋਊਗਾ, ਇੰਨੇ ਪੁਰਾਣੇ ਸਿਆਸਤਦਾਨ। ਮੈਂ ਇਹ ਗੱਲ ਦੱਸ ਦਿੰਦਾ, ਅੱਜ ਮਾਫ਼ ਕਰਨਾ ਵਿਦ ਡਿਊ ਰਿਗਾਰਡ ਟੂ, ਸਾਡਾ ਸਿਆਸਤਦਾਨ ਆਪਦੇ ਕੰਮ ਦੇ ਮੇਚ ਨਹੀਂ ਰਿਹਾ। ਕਿਉਂ ਨਹੀਂ ਮੇਚ ਰਿਹਾ? ਕਿਉਂਕਿ ਨਾ ਤਾਂ ਉਹ ਦੇਖਦਾ ਵੀ ਰੂਲ ਕੀ ਹੈ। ਸਿਆਸਤਦਾਨ ਕਹਿੰਦੇ ਜੀ ਇਹਨੂੰ ਡਿਸਮਿਸ ਕਰ ਦਿਓ, ਕਮਿਸ਼ਨ ਦਾ ਡਿਸਮਿਸ ਹੋ ਨਹੀਂ ਸਕਦਾ। ਇੱਕ ਸਿਆਸਤਦਾਨ ਚੁੱਲ੍ਹਾ ਟੈਕਸ ਦੇ ਉੱਤੇ ਇੱਕ ਵੀ ਪਾਰਟੀ ਨਹੀਂ ਬੋਲੀ, ਚੁੱਲ੍ਹਾ ਟੈਕਸ ਕਿਤੇ ਨੋਟੀਫਾਈ ਨਹੀਂ ਹੋਇਆ। 94 ਦਾ ਜਦ ਪੰਚਾਇਤ ਐਕਟ ਹੋ ਗਿਆ, 73ਵੀਂ 74ਵੀਂ ਸੋਧ ਹੋ ਗਈ 1993 'ਚ, 94 ਦਾ ਪੰਜਾਬ ਪੰਚਾਇਤ ਐਕਟ ਬਣ ਗਿਆ, ਉਹਦੇ ਤਹਿਤ 2012 'ਚ ਰੂਲ ਬਣ ਗਏ। ਰੂਲਾਂ ਦੇ ਵਿੱਚ ਲਿਖਤਾ ਵੀ ਸੂਬਾ ਸਰਕਾਰ, ਪੰਚਾਇਤ ਜਾਂ ਸੂਬਾ ਸਰਕਾਰ ਟੈਕਸ ਲਗਾ ਸਕਦੀ ਹੈ, ਪਰ ਉਹ ਟੈਕਸ ਪਹਿਲਾਂ ਦੱਸਣਾ ਪਊਗਾ, ਬਿਲਡਿੰਗ 'ਤੇ ਟੈਕਸ ਲਾ ਸਕਦੀ ਹੈ, ਫਲਾਣਾ ਲਾ ਸਕਦੀ ਹੈ, ਉਹ ਲੋਕਾਂ ਨੂੰ ਦੱਸਣਾ ਪਊਗਾ, ਓਬਜੈਕਸ਼ਨ ਇਨਵਾਈਟ ਕਰਨੇ ਪੈਣਗੇ, ਫਿਰ ਨੋਟੀਫਾਈ ਕਰਿਆ ਜਾਊਗਾ। ਇਹ ਇੱਕ ਵੀ ਨੋਟੀਫਿਕੇਸ਼ਨ ਦਿਖਾ ਦੇਣ, ਪਰ ਚੁੱਲ੍ਹਾ ਟੈਕਸ ਦੇ ਬੇਸ ਦੇ ਉੱਤੇ ਪਹਿਲੀਆਂ ਸਰਕਾਰਾਂ ਵੀ ਰਿਜੈਕਟ ਹੁੰਦੇ ਆਏ ਨੇ, ਹੁਣ ਵੀ ਹੁੰਦੇ ਆਏ ਨੇ। ਇੱਕ ਦੂਜੀ ਗੱਲ ਇਲੈਕਸ਼ਨ ਕਮਿਸ਼ਨ ਦੀ ਗੱਲ ਮੈਂ ਦੱਸੀ ਹੈ, ਤੀਜੀ ਗੱਲ ਅਸੀਂ ਜਾਈਏ ਜੇ ਹਾਈ ਕੋਰਟ ਦੀ, ਧਰਨੀ ਸਾਹਿਬ ਨੇ ਕਿਹਾ ਵੀ ਡਿਊ ਰਿਗਾਰਡ, ਹਾਈ ਕੋਰਟ ਨੇ ਇੱਕ ਡੈਂਟਲ ਕੌਂਸਲ, ਬਹੁਤ ਛੋਟੀ ਜਿਹੀ ਗੱਲ ਹੈ, ਉਹਨੇ ਚੋਣਾਂ 'ਚ ਇੰਟਰਫੀਅਰ ਕਰਿਆ, ਸਟੇਅ ਦਿੱਤੀ ਅਤੇ ਸੁਪਰੀਮ ਕੋਰਟ ਨੇ ਉਹਨੂੰ ਰੱਦ ਕਰਿਆ, ਵੀ ਬਿਲਕੁਲ ਨਹੀਂ ਹਾਈ ਕੋਰਟ। ਇੱਦਾਂ ਹੀ ਵੈਸਟ ਬੰਗਾਲ ਦੇ ਵਿੱਚ ਪੰਚਾਇਤੀ ਚੋਣਾਂ 'ਚ ਇੰਟਰਫੀਅਰੈਂਸ ਹੋਈ, ਉੱਥੇ ਸੁਪਰੀਮ ਕੋਰਟ ਨੇ ਰੱਦ ਕਰਿਆ, ਆਹ ਤਾਜ਼ਾ ਫੈਸਲਾ 14 ਅਗਸਤ ਦਾ। ਸੋ ਜਦ ਅਸੀਂ ਇਹ ਦੇਖਦੇ ਹਾਂ, ਕਿਉਂਕਿ ਇਲੈਕਸ਼ਨ ਪ੍ਰੋਸੈਸ ਜਦ ਸ਼ੁਰੂ ਹੋ ਜਾਏ ਉਦੋਂ ਤਾਂ ਕੋਈ ਵੀ ਪਰਚੀ ਪਾਏਗਾ, ਅਦਾਲਤਾਂ ਦੇ ਲਿਖਿਆ ਵੀ ਉਹਦੇ ਵਾਸਤੇ ਤੁਸੀਂ ਇਲੈਕਸ਼ਨ ਪਟੀਸ਼ਨ ਆ ਉਹਦਾ ਹੱਲ, ਚਾਹੇ ਤੁਹਾਡੇ ਪੇਪਰ ਰਿਜੈਕਟ ਹੋਏ ਨੇ, ਚਾਹੇ ਕਿਸੇ ਨੇ ਗਲਤ ਵੋਟਾਂ ਲਈਆਂ ਨੇ, ਚਾਹੇ ਕਾਊਂਟਿੰਗ ਗਲਤ ਹੈ, ਚਾਹੇ ਕੋਈ ਗਲਤ ਕੈਂਡੀਡੇਟ ਅਸੈਪਟ ਕਰ ਰਿਹਾ, ਸਾਰੀਆਂ ਗੱਲਾਂ ਦੇ ਉੱਤੇ ਇਲੈਕਸ਼ਨ ਪਟੀਸ਼ਨ। ਔਰ ਉਹ ਤੋਂ ਬਗੈਰ ਸਰਦਾ ਵੀ ਨਹੀਂ, ਉਹ ਐਵੇਂ ਨਹੀਂ ਸੋਚ, ਜਿਹੜਾ ਉਹ ਪ੍ਰੋਵੀਜ਼ਨ ਬਣਾਈ ਗਈ ਹੈ ਉਹ ਇਹ ਸੋਚ ਕੇ ਬਣਾਈ ਗਈ ਹੈ ਕਿ ਜੇ ਇੱਥੇ, ਮੇਰੀ ਬੇਨਤੀ ਹੈ, ਛੋਟਾ ਜਿਹਾ ਖਤਮ ਕਰਨ ਲੱਗਿਆ ਮੈਂ, 1,27,00,000 ਵੋਟਰ ਨੇ ਆਪਦਾ ਐਕਸਰਸਾਈਜ਼ ਕਰਨਾ ਸੀ ਰਾਈਟ, ਉਹ 'ਚ ਹੋ ਸਕਦਾ 20,000, 1,00,000, 2,00,000 ਗਰੀਬ ਹੋਵੇ, 2,00,000 ਗਰੀਬ ਬੰਦੇ ਵਾਸਤੇ ਤੁਸੀਂ 1,27,00,000 ਦਾ ਰਾਈਟ ਕਿਵੇਂ ਰੋਕ ਦੋਗੇ? ਇਸ ਕਰਕੇ ਉਹ ਪਾਇਆ ਗਿਆ, ਇਹ ਪ੍ਰੋਵੀਜ਼ਨ ਇਸ ਕਰਕੇ ਪਾਈ, ਇਹ ਨਹੀਂ ਵੀ 2,00,000 ਨਾਲ ਨਜਾਇਜ਼ ਹੋ ਜੇ, 2,00,000 ਨੂੰ ਇੱਕ ਹੱਲ ਦਿੱਤਾ ਗਿਆ ਵੀ ਭਾਈ ਤੁਸੀਂ ਇਲੈਕਸ਼ਨ ਪਟੀਸ਼ਨ ਪਾ ਲਓ ਆਪਣਾ, ਕਿਉਂ ਰੱਦ ਕਰਵਾ ਦਿਓ ਬਾਅਦ 'ਚ। ਠੀਕ ਹੈ, ਇਹ ਠੀਕ ਹੈ। ਮਦਨਦੀਪ, ਮੈਂ ਤਾਂ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਜਿਹੜਾ ਅਸੀਂ ਪ੍ਰੋਗਰਾਮ ਦਾ ਨਾਮ ਵੀ ਰੱਖਿਆ ਹੈਗਾ, ਚਾਹੁੰਦਾ ਕੀ ਹੈ ਪਿੰਡਾਂ ਦਾ ਪੰਜਾਬ? ਦੇਖੋ ਇਹ ਸਾਰੇ ਚੋਣ ਨਤੀਜਿਆਂ ਤੋਂ ਬਾਅਦ, ਦੇਖੋ ਮਾਮਲਾ ਇਹ ਆ, ਜਿਹੜੀ ਤੁਸੀਂ ਇਹ ਉਸੇ ਮੁੱਦੇ ਨਾਲ ਤੁਹਾਡਾ ਜਿਹੜਾ ਸਵਾਲ ਆ ਜੁੜਦਾ ਆ, ਜਿਹੜਾ ਤੁਸੀਂ ਪਹਿਲਾਂ ਗੱਲ ਡਾਕਟਰ ਸਾਹਿਬ ਨਾਲ ਕਰ ਰਹੇ ਹੋ, ਜਿਹੜਾ ਜਮਹੂਰੀਅਤ ਦੇਸ਼ ਆ, ਜਿਹੜਾ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੋਇਆ, ਜਮਹੂਰੀਅਤ ਵਾਲੇ ਦੇਸ਼ ਦੇ ਅੰਦਰ ਜੇ ਚੋਣਾਂ ਦੇ, ਜਿਹੜੇ ਲੋਕਲ ਚੋਣਾਂ ਦੇ ਮੁੱਦੇ ਵੀ ਜੇ ਅਦਾਲਤਾਂ ਵਿੱਚ ਚਲੇ ਜਾਣ ਤਾਂ ਜਮਹੂਰੀਅਤ ਕਿੱਥੇ ਗਈ? ਪਹਿਲੀ ਗੱਲ ਇਹ ਆ। ਦੂਜੀ ਗੱਲ ਇਹ ਆ ਵੀ 80% ਜਿਨ੍ਹਾਂ ਨੇ ਵੋਟਾਂ ਦਾ ਭੁਗਤਾਨ ਕੀਤਾ, ਜਿਹੜੇ ਘੰਟਿਆਂ ਬੱਧੀ ਲਾਈਨਾਂ 'ਚ ਖੜ੍ਹ ਕੇ ਜਿਨ੍ਹਾਂ ਨੇ ਵੋਟਿੰਗ ਕੀਤੀ ਹੈ, 80% ਲੋਕਾਂ ਨੇ, ਉਹਦੇ ਰਾਈਟ ਦਾ ਕੀ ਬਣਨਾ ਆ? ਉਹਨਾਂ ਨੇ ਕਿਉਂ ਕੀਤੀ? ਸਿੱਧੀ ਗੱਲ ਆ, ਜੇ ਤੁਸੀਂ 73ਵੀਂ ਜਾਂ 74ਵੀਂ ਸੋਧ ਪੜ੍ਹੋਗੇ ਤਾਂ ਉਹਦੇ ਵਿੱਚ ਪੰਚਾਇਤਾਂ ਦੇ ਕੰਮ ਜਿਹੜੇ ਆ ਉਹ ਡਿਫਾਈਨ ਕੀਤੇ ਹੋਏ ਆ, ਬਿਲਕੁਲ ਕਲੀਅਰ ਕੀਤੇ ਹੋਏ ਆ ਵੀ ਪੰਚਾਇਤਾਂ ਦਾ ਕੰਮ ਕੀ ਹੈ। ਪੰਚਾਇਤਾਂ ਦਾ ਕੰਮ ਇਹ ਹੈਗਾ ਵੀ ਜਿਹੜਾ ਪਿੰਡ ਆ, ਪਿੰਡ ਦੇ ਵਿਕਾਸ ਬਾਰੇ ਸੋਚਣਾ, ਉਹਦੀ ਆਰਥਿਕਤਾ ਬਾਰੇ ਸੋਚਣਾ, ਉਹਦੀ ਬਿਹਤਰੀ ਲਈ ਸੋਚਣਾ ਆ, ਇੱਥੋਂ ਤੱਕ ਕਿ ਪਿੰਡਾਂ ਦੇ ਜਿਹੜੇ ਲੋਕਲ ਮਸਲੇ ਪਿੰਡਾਂ ਦੇ ਵਿੱਚ ਉੱਠ ਖੜ੍ਹਦੇ ਆ, ਆਪਸੀ ਰੰਜਸ਼ ਦੇ, ਲੜਾਈਆਂ ਦੇ, ਝਗੜਿਆਂ ਦੇ, ਵੀ ਉਹ ਅਦਾਲਤਾਂ ਵਿੱਚ ਘੱਟੋ ਘੱਟ ਜਾਣ, ਥਾਣਿਆਂ ਵਿੱਚ ਘੱਟੋ ਘੱਟ ਜਾਣ, ਲੋਕਲ ਪੱਧਰ 'ਤੇ ਭਾਈਚਾਰਕ ਤਰੀਕੇ ਨਾਲ ਹੀ ਉਹਨਾਂ ਨੂੰ ਸੁਲਝਾ ਲਿਆ ਜਾਏ। ਪਰ ਜਦੋਂ ਤੁਸੀਂ ਇਸ ਤਰ੍ਹਾਂ ਦਾ ਪ੍ਰਚਾਰ ਹੋ ਜਾਵੇ ਵੀ ਚੋਣਾਂ ਜਿਹੜੀਆਂ ਉਹ ਉਹਦੇ ਵਿੱਚ ਬੰਦੂਕਾਂ ਚੱਲ ਰਹੀਆਂ, ਗੋਲੀਆਂ ਚੱਲ ਰਹੀਆਂ, ਉਹਦੀ ਗੁੰਡਾਗਰਦੀ ਚੱਲ ਰਹੀ ਹੈ, ਤਾਂ ਭਾਈਚਾਰਕ ਮਾਹੌਲ ਤੋਂ ਸੱਟ ਤਾਂ ਲੱਗੀ ਹੈ। ਨਾਲ ਦੇ ਨਾਲ ਜਦੋਂ ਹਰੇਕ ਚੋਣ ਦਾ ਮੁੱਦਾ ਅਦਾਲਤਾਂ ਵਿੱਚ ਜਾਣ ਲੱਗ ਜਾਏ ਤਾਂ ਇਹਦਾ ਮਤਲਬ ਤੁਹਾਡੀ ਜਮਹੂਰੀਅਤ ਨੂੰ ਵੱਡੀ ਸੱਟ ਲੱਗ ਰਹੀ ਹੈ। ਜਿਹੜਾ ਖਦਸ਼ਾ, ਇਹ ਖਦਸ਼ੇ ਕੋਈ ਛੋਟੇ ਨਹੀਂ ਹੈਗੇ।
असी इहनूं इन्ना जे लईए भी इहनूं गंभीर ना लईए ਤਾਂ ਇਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡੀ ਗਲਤੀ ਹੈ। ਮੈਂ ਥੋੜ੍ਹਾ ਜਿਹਾ ਨੂੰ ਵੰਡ ਕੇ ਦੇਖ ਲਵਾਂ ਜੀ। ਜੇ ਅਸੀਂ ਕੀ ਚਾਹੁੰਦਾ ਹੈ ਪਿੰਡਾਂ ਵਾਲਾ ਪੰਜਾਬ, ਅਸੀਂ ਸਵਾਲ ਜੇ ਪੁੱਛ ਰਹੇ ਹਾਂ, ਜੇ ਪੰਜਾਬ ਨੂੰ ਪਾਸੇ ਕਰਕੇ ਰੱਖਿਆ ਜਾਵੇ ਅਤੇ ਸਿਆਸਤਦਾਨ ਨੂੰ ਪਾਸੇ ਕਰਕੇ ਰੱਖਿਆ ਜਾਵੇ, ਇਹ ਵੱਖ ਵੱਖ ਚਾਹੁੰਦੇ ਆ? ਨਹੀਂ, ਪਿੰਡਾਂ ਵਾਲਾ ਜੋ ਪਿੰਡਾਂ ਵਾਲੇ ਲੋਕ ਚਾਹੁੰਦੇ ਆ ਉਹ ਤਾਂ ਇਹ ਕਰਦੇ ਹੀ ਨਹੀਂ, ਉਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਪਿੰਡਾਂ ਵਾਲੇ ਕਦੋਂ ਚਾਹੁੰਦੇ ਕਿ ਤੁਸੀਂ ਸਾਡੇ ਆ ਕੇ ਪਿੰਡ 'ਚ ਗੁੰਡਾਗਰਦੀ ਕਰਾਓ? ਪਿੰਡਾਂ ਦੇ ਵਿੱਚ ਸਾਰੇ ਗੁੰਡੇ ਤਾਂ ਨਹੀਂ ਬੈਠੇ, ਪਿੰਡਾਂ ਦੇ ਵਿੱਚ ਮੈਕਸੀਮਮ ਉਹ ਲੋਕ ਆ ਜਿਹੜੇ ਇੱਕ ਬਿਲਕੁਲ ਭਾਈਚਾਰਕ ਮਾਹੌਲ ਚਾਹੁੰਦੇ ਆ, ਜਿਹੜੇ ਇਸ ਤਰ੍ਹਾਂ ਦਾ ਮਾਹੌਲ ਨਹੀਂ ਬਣਾਉਣਾ ਚਾਹੁੰਦੇ। ਮੰਦੀ ਭਰਾ ਦੀ ਗੱਲ ਤਾਂ ਮੈਨੂੰ ਇਉਂ ਲੱਗਦਾ ਕਿ ਪੰਜਾਬ ਕੁਝ ਹੋਰ ਚਾਹੁੰਦਾ, ਸਿਆਸਤ ਕੁਝ ਹੋਰ ਚਾਹੁੰਦੀ। ਬਿਲਕੁਲ ਇਹੀ ਹੈ, ਬਿਲਕੁਲ ਇਹੀ ਹੈ। ਅੱਜ ਪੰਜਾਬ ਦਾ ਜਿਹੜਾ ਸਿਆਸਤਦਾਨ ਹੈ ਉਹ ਪਰਿਵਾਰਵਾਰ ਚਾਹੁੰਦਾ, ਉਹ ਚਾਹੁੰਦਾ ਵੀ ਸਾਡੇ ਹੱਥ 'ਚ ਤਾਕਤ ਰਹੇ, ਜਾਇਜ਼ ਨਜਾਇਜ਼ ਅਸੀਂ ਕਰੀਏ, ਸਾਨੂੰ ਕੋਈ ਪੁੱਛੇ ਨਾ, ਅਤੇ ਇੱਥੋਂ ਤੱਕ ਕਿ ਇਹ ਵਪਾਰ ਹੀ ਬਣ ਗਈ ਹੈ, ਸਿਆਸਤ ਵਪਾਰ ਆਮਦਨ ਦਾ ਜ਼ਰੀਆ ਬਣਦੀ ਜਾ ਰਹੀ ਹੈ। ਨਹੀਂ ਤਾਂ ਕਿ ਆਪਣੇ ਵਾਸਤੇ ਆਪਣੇ ਪੈਰ ਆਪਣੇ ਆਪੇ ਬੁੱਢ ਸਕਣ ਹੋ ਵੀ ਆਹ ਹੁਣੀ ਅਸੈਂਬਲੀ 'ਚ ਵਿੜਾ ਰਿਹਾ ਸੀ। ਮੈਂ ਤੁਹਾਨੂੰ ਹੁਣ ਕਹਿਣਾ, ਇੱਕ ਅੱਧੇ ਨੂੰ ਛੱਡ ਕੇ ਬੇਸ਼ੱਕ ਕੋਈ ਉਹਨੂੰ ਅਪੋਜ਼ ਕਰੇ ਜੀ ਇਹਨਾਂ ਦੇ ਇੰਨੇ ਵਧਾ ਦਿਉ, ਇੰਨੇ ਵਧਾ ਦਿਉ, ਇੰਨੇ ਵਾਰੀ ਪੈਨਸ਼ਨਾਂ, ਅੱਜ ਤੱਕ ਇਹ ਸਵਾਲ ਨਹੀਂ ਉਠਾਇਆ ਗਿਆ। ਸਾਡੇ ਜਿਹੜੇ ਵਿਧਾਨ ਘੜਦੇ ਨੇ, ਸੰਵਿਧਾਨ ਕਾਨੂੰਨ ਬਣਾਉਂਦੇ ਨੇ, ਵਿਧਾਨ ਘੜਦਿਆਂ ਤੋਂ ਕਾਨੂੰਨ ਘੜਨੀ ਨਾ ਪਾਰਲੀਮੈਂਟ ਦੇ ਵਿੱਚ ਨਾ ਵਿਧਾਨ ਸਭਾਵਾਂ ਦੇ ਵਿੱਚ, ਵੀ ਭਾਈ ਆਪਾਂ ਪੰਜ ਪੰਜ ਵਾਰੀ ਪੈਨਸ਼ਨਾਂ ਕਿਵੇਂ ਦੇਈ ਜਾਂਦੇ ਹਾਂ, ਛੇ ਛੇ ਵਾਰੀ ਪੈਨਸ਼ਨਾਂ ਕਿਵੇਂ ਦੇਈ ਜਾਂਦੇ ਹਾਂ, ਇਹ ਸਵਾਲ ਹੀ ਨਹੀਂ ਉਠਾਇਆ ਗਿਆ। ਸਾਡੀ ਆਮਦਨ ਦੇ ਉੱਤੇ ਟੈਕਸ, ਜਦ ਹਰ ਸ਼ਹਿਰੀ ਟੈਕਸ ਸਰਕਾਰ ਨੂੰ ਦੇ ਰਿਹਾ ਹੈ, ਇਨਕਮ ਟੈਕਸ ਡਿਪਾਰਟਮੈਂਟ ਨੂੰ, ਅਤੇ ਸਾਡੀ ਆਮਦਨ 'ਤੇ ਲੋਕਾਂ ਦੇ ਪੈਸੇ 'ਚੋਂ ਜੇਬ 'ਚੋਂ ਕਿਉਂ ਜਾਵੇ ਟੈਕਸ? ਇਹ ਸਵਾਲ ਉਠਾਇਆ ਨਹੀਂ, ਕਿਉਂਕਿ ਇਹਨਾਂ ਦੇ ਸਾਰਿਆਂ ਦੇ ਇੱਕ ਸਵਾਲ ਸੋਸ਼ਲ ਮੀਡੀਆ 'ਤੇ ਉੱਠ ਰਿਹਾ, ਮੈਂ ਪਹਿਲਾਂ ਵੀ ਕੀਤਾ ਸੀ, ਉਹ ਦੁਬਾਰਾ ਕਰ ਰਿਹਾ। ਸਰਪੰਚ ਪੰਚ ਕਹਿੰਦੇ ਸਾਡੀ ਵੀ ਤਨਖਾਹ ਫਿਕਸ, ਮੈਂ ਹਾਂ ਇਸ 'ਤੇ ਹੁਣ ਉਹਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਗਿਆ ਵੀ ਸਾਨੂੰ ਵੀ ਇਹਦੇ ਪੈਸੇ ਦਿਓ। ਐਸ ਜੀ ਦੇ ਹੁਣ ਐਮ ਪੀ ਲੈਡ ਸਕੀਮ ਹੈ, ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਇਸ ਦੀ, ਐਮ ਪੀ ਲੈਡ ਸਕੀਮ ਦਾ ਜਿਹੜੇ ਮਰਜ਼ੀ ਪਾਰਟੀ ਦਾ, ਜਿਹੜੇ ਮਰਜ਼ੀ ਆਈਡੀਓਲੋਜੀ ਦਾ, ਉਹਨੇ ਕਿਤੇ ਨਹੀਂ ਕਿਹਾ ਗ੍ਰਾਮ ਸਭਾ ਬਣਾ ਕੇ ਇਕੱਠ ਕਰਕੇ ਆਪਦੇ ਪਿੰਡ ਦਾ, ਕਿਉਂਕਿ ਕਾਨੂੰਨ ਦੇ ਵਿੱਚ ਹੈ ਕਿ ਗ੍ਰਾਮ ਸਭਾ ਬੁਲਾਉਣੀ ਆ, ਗ੍ਰਾਮ ਸਭਾ ਨੇ ਫੈਸਲੇ ਕਰਨੇ ਨੇ ਵਿਕਾਸ ਯੋਜਨਾ ਦੇ, ਪੈਸਾ ਐਮ ਪੀ ਲੈਡ 'ਚੋਂ ਵਿਕਾਸ ਵਾਸਤੇ ਜਾਣਾ। ਵਿਕਾਸ ਯੋਜਨਾ ਪਿੰਡ ਦੀ ਪੰਚਾਇਤ ਬਣਾ ਉਹ ਪਾਸ ਹੀ ਨਹੀਂ ਕਰ ਸਕਦੀ, ਗ੍ਰਾਮ ਸਭਾ 'ਚ ਪਾਸ ਹੋਣੀ ਹੈ। ਇੱਕ ਵੀ ਐਮ ਪੀ ਨੇ ਨਹੀਂ ਪੁੱਛਿਆ ਵੀ ਭਾਈ ਕਿੱਥੇ ਗ੍ਰਾਮ ਸਭਾ ਪਾਸ ਕਰੀ ਸੀ ਤੁਹਾਡੀ ਗ੍ਰਾਮ ਸਭਾ ਨੇ? ਅਸੀਂ ਗੋਦਲੇ ਪਿੰਡ ਦਾ ਹਾਲ ਦਿਖਾਉਣ ਲੱਗੇ ਹਾਂ, ਨਹੀਂ ਗੋਦਲ ਨਾਲ ਤਾਂ ਅਗਲੀ ਗੱਲ ਹੈ, ਸਾਰੇ ਪਿੰਡਾਂ ਵਾਸਤੇ ਜਿਹੜੀ ਡਾਕਟਰ ਸਾਹਿਬ ਗੱਲ ਕਹਿ ਰਹੇ ਹਨ ਉਹਦੇ ਵਿੱਚ ਤੁਹਾਡੇ ਮੈਂ ਇੱਕ 5 ਕਰੋੜ ਰੁਪਇਆ ਪ੍ਰਤੀ ਐਮ ਪੀ ਮਿਲਦਾ, 100 ਕਰੋੜ ਰੁਪਇਆ ਸਾਲ ਦਾ 20 ਐਮ ਪੀਆਂ ਨੂੰ, ਉੱਤੇ 7 ਉਸ ਦੇ ਡਿਊਰਿੰਗ ਇਲੈਕਸ਼ਨ ਉਹਨਾਂ ਨੂੰ 100 ਕਰੋੜ ਰੁਪਇਆ ਹਰ ਸਾਲ ਮਿਲ ਰਿਹਾ ਕਿ ਪਿੰਡੇ ਪੰਜਾਬ ਦੇ ਪਿੰਡਾਂ ਦਾ ਕੁਛ ਨਾ ਕੁਛ ਸਹਿਰਾ ਦਾ ਡਿਊਰਿੰਗ ਇਲੈਕਸ਼ਨ 2 ਕਰੋੜ ਰੁਪਇਆ ਚੁੱਲਾ ਟੈਕਸ ਗੁਰਾਇਆ ਗਿਆ ਹੈ, ਉਹਦਾ ਕਿਸੇ ਨੇ ਮਸਲਾ ਨਹੀਂ ਖੜਾ ਕੀਤਾ ਡਿਊਰਿੰਗ ਇਲੈਕਸ਼ਨ। ਇੱਕ ਹੋਰ ਛੋਟਾ ਜਿਹਾ ਕੁਐਸਚਨ ਰੇਜ਼ ਨਹੀਂ ਕਰਿਆ, ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਪੰਚਾਇਤੀ ਚੋਣਾਂ ਦੇ ਨਤੀਜਿਆਂ ਨੇ ਪੰਜਾਬ ਦਾ ਕਿਹੜਾ ਮੂਡ ਦੱਸਿਆ ਹੈਗਾ, ਇਸ ਮੂਡ ਦੀ ਵੀ ਗੱਲ ਕਰਾਂਗੇ, ਕਿਉਂਕਿ ਜਦੋਂ ਪਿੰਡਾਂ ਦੀਆਂ ਸੱਥਾਂ ਤੋਂ ਵੋਟਾਂ ਜਾਂਦੀਆਂ ਹੈਗੀਆਂ, ਵੋਟਾਂ ਪੈਂਦੀਆਂ ਹੈਗੀਆਂ, ਮੋਹਰਾਂ ਲੱਗਦੀਆਂ ਹੈਗੀਆਂ, ਤਾਂ ਮੂਡ ਕੁਝ ਨਾ ਕੁਝ ਬਿਆਨ ਜ਼ਰੂਰ ਕਰਦਾ ਹੈਗਾ। ਇਹ ਮੂਡ ਕਿੱਥੋਂ ਤੱਕ ਅਸਰ ਕਰਦਾ ਹੈਗਾ, ਸਵਾਲ ਇਹ ਬੜਾ ਮਹੱਤਵਪੂਰਨ, ਬ੍ਰੇਕ ਤੋਂ ਬਾਅਦ ਆ ਕੇ ਪੁੱਛਾਂਗੇ ਜ਼ਰੂਰ। ਸਵਾਲ ਅਸੀਂ ਇੱਕੋ ਪੁੱਛ ਰਹੇ ਹਾਂ, ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਚਾਇਤੀ ਚੋਣਾਂ ਦੇ ਨਤੀਜਿਆਂ ਨੇ ਪੰਜਾਬ ਦਾ ਕਿਹੜਾ ਮੂਡ ਦੱਸਿਆ? ਮਨਦੀਪ, ਕੋਈ ਮੂਡ ਤੈਅ ਹੁੰਦਾ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ? ਮੂਡ ਤਾਂ ਤੈਅ ਸਰਕਾਰਾਂ ਨੇ ਕਰਨਾ, ਲੋਕਾਂ ਨੇ ਕੀ ਕਰਨਾ ਆ? ਸਰਕਾਰਾਂ ਮੂਡ ਤੈਅ ਕਰੀ ਬੈਠੇ, ਕਾਂਗਰਸ ਨੇ ਮੂਡ ਤੈਅ ਕਰ ਲਿਆ ਵੀ ਅਸੀਂ ਜਿਹੜਾ ਹੈਗਾ ਆਪਦੇ ਹਿਸਾਬ ਦੀਆਂ ਪਿੰਡਾਂ 'ਚ ਪੰਚਾਇਤਾਂ ਬਣਾ ਕੇ ਅਤੇ ਇਹਨਾਂ ਨੂੰ ਲੋਕ ਸਭਾ ਇਲੈਕਸ਼ਨਾਂ 'ਚ ਪਹਿਲਾਂ ਵਰਤਾਂਗੇ, ਬਾਅਦ 'ਚ ਵਿਧਾਨ ਸਭਾ ਚੋਣਾਂ 'ਚ ਵਰਤਾਂਗੇ। ਅਕਾਲੀ ਦਲ ਆਪਣਾ ਮੂਡ ਬਣਾਈ ਬੈਠਾ ਆ ਵੀ ਸਾਨੂੰ ਇੱਕ ਬਟੇਰਾ ਸਾਡੇ ਪੈਰ ਥੱਲੇ ਆ ਗਿਆ ਆ ਵੀ ਅਸੀਂ ਇਹਦੀ ਜਾਨ ਕੱਢ ਕੇ ਛੱਡਾਂਗੇ। ਸਿੰਪਲ ਗੱਲ ਆ ਵੀ ਅਕਾਲੀ ਦਲ ਕੋਈ ਮੁੱਦਾ ਹੈ ਨਹੀਂ ਸੀ, ਅਕਾਲੀ ਦਲ ਬੈਕਫੁੱਟ 'ਤੇ ਸੀ, ਉਹਨਾਂ ਨੂੰ ਕਾਂਗਰਸ ਨੇ ਮੁੱਦਾ ਦੇ ਦਿੱਤਾ, ਮੁੱਦਾ ਕਾਂਗਰਸ ਨੇ ਦਿੱਤਾ। ਅਸਲ 'ਚ ਸਾਡਾ ਕਲਚਰ ਹੀ ਇਹੀ ਬਣਾਇਆ ਪਿੰਡਾਂ ਦੇ ਚੋਣਾਂ ਦਾ, ਉਸੇ ਕਲਚਰ ਦੇ ਤਹਿਤ ਉਹਨਾਂ ਨੂੰ ਮੁੱਦਾ ਮਿਲ ਗਿਆ। ਕਾਂਗਰਸ ਨੂੰ ਉਮੀਦ ਵੀ ਨਹੀਂ ਹੋਣੀ ਵੀ ਅਕਾਲੀ ਦਲ ਇਸ ਮੁੱਦੇ ਨੂੰ ਇੰਨਾ ਚੱਕੂਗਾ, ਕਿਉਂਕਿ ਅਕਾਲੀ ਦਲ ਖੁਦ ਵੀ ਇਸ ਤਰ੍ਹਾਂ ਦੀਆਂ ਚੋਣਾਂ ਕਰਾਉਂਦਾ ਰਿਹਾ ਧੱਕੇ ਨਾਲ। ਲੇਕਿਨ ਕਿਉਂਕਿ ਉਹਨਾਂ ਕੋਲ ਹੋਰ ਕੋਈ ਮੁੱਦਾ ਹੈ ਨਹੀਂ ਸੀ, ਉਹਨਾਂ ਨੇ ਕਿਹਾ ਚਲੋ ਇਹੀ ਮੁੱਦਾ ਬਣਾ ਲਈਏ। ਉਹਨਾਂ ਕੋਲ ਜਿਹੜੇ ਪਾਰਲੀਮੈਂਟ 'ਚ ਮੈਂਬਰ ਬੈਠੇ ਆਪਦੀ ਉਹਨਾਂ ਦੀ ਸਰਕਾਰ ਆ, ਉਹਨਾਂ ਨੂੰ ਤਾਂ ਬੋਲਣ ਦਾ ਵੀ ਮੌਕਾ ਦੇ ਦਿੱਤਾ ਗਿਆ। ਸੋ ਇਸ ਵੇਲੇ ਅਕਾਲੀ ਦਲ ਇਸ ਮਾਮਲੇ ਵਿੱਚ ਕਾਂਗਰਸ ਨਾਲੋਂ ਐਜ 'ਤੇ ਖੜੀ ਹੈ, ਪਰ ਅੰਤ ਨੂੰ ਆ ਕੇ ਇਹਨਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ। ਠੀਕ ਹੈ ਜਸਤੇਜ, ਇੱਕ ਬੜਾ ਮਹੱਤਵਪੂਰਨ ਸਵਾਲ ਹੈਗਾ। ਮੈਂ ਕੱਲ੍ਹ ਕਿਸੇ ਜਗ੍ਹਾ 'ਤੇ ਸਫ਼ਰ ਕਰ ਰਿਹਾ ਸੀਗਾ ਅਤੇ ਮੈਂ ਉਸ ਦੇ ਡਰਾਈਵਰ ਨਾਲ ਗੱਲ ਕੀਤੀ, ਉਹ ਮਰਿੰਡੇ ਦੇ ਕੋਲ ਕਿਸੇ ਪਿੰਡ ਦਾ ਡਰਾਈਵਰ ਸੀਗਾ। ਉਹਨੇ ਉਹਨੂੰ ਕੋਈ ਜਾਣਕਾਰੀ ਨਹੀਂ ਸੀ ਮੈਂ ਕੌਣ ਹਾਂ ਜਾਂ ਕੌਣ ਨਹੀਂ, ਮੈਂ ਉਹਨੂੰ ਵੈਸੇ ਸਵਾਲ ਕਰ ਲਿਆ। ਉਹ ਕਹਿੰਦਾ ਕਿ 30-30 ਲੱਖ ਰੁਪਏ ਲਾਏ ਸਾਡੇ ਦੋਨਾਂ ਜਿਹੜੇ ਸਰਪੰਚੀ ਦੇ ਆਹਮੋ ਸਾਹਮਣੇ ਖੜੇ ਸੀਗੇ, ਉਹ 30-30 ਲੱਖ ਤਾਂ ਘੱਟ ਦੱਸਦਾ ਨਾ, ਹੋਰਾਂ ਨੇ ਜ਼ਿਆਦਾ ਵੀ ਲਾਏ ਹੋਣੇ। ਸਵਾਲ ਇਹ ਹੈਗਾ ਕਿ ਜਿਹੜਾ ਹਾਰਿਆ ਉਹ ਕਹਿੰਦਾ ਉਹਨੇ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਸਾਰੀ ਲਾ ਤੀ, ਅਤੇ ਜਿਹੜਾ ਜਿੱਤਿਆ ਉਹਦਾ ਪਹਿਲਾਂ ਹੀ ਕਾਰੋਬਾਰ ਬਹੁਤ ਜ਼ਿਆਦਾ ਹੈਗਾ। ਸਵਾਲ ਇਹ ਹੈਗਾ ਜਿਹਨਾਂ ਨੇ 30-30 ਲੱਖ
ਜਿਹੜਾ ਕੈਡਰ ਨੂੰ ਇੱਕ ਮੋਬਲਾਈਜ਼ ਕਰਨ ਵਾਸਤੇ ਕੰਮ ਆਏਗਾ ਜਦੋਂ ਇਹਨਾਂ ਦੀ ਰੈਲੀਆਂ ਹੋਣਗੀਆਂ ਕਾਂਗਰਸ ਦੀ 2019 ਦੀ ਤਿਆਰੀ ਹੈ ਸਿਰਫ ਤੇ ਕਾਂਗਰਸ ਦੀ ਰੈਲੀਆਂ ਦੇ ਵਿੱਚ ਉਹ ਸਰਪੰਚਾਂ ਦੀ ਡਿਊਟੀ ਇਹੀ ਲੱਗਣੀ ਹੈ ਕਿ ਵੀ ਹਾਂ ਬੱਸਾਂ ਭਰ ਕੇ ਲਿਆਓ ਪਰ ਮੈਂ ਇੱਥੇ ਕੁਝ ਗੱਲਾਂ ਜਿਹੜੀ ਗਰਗ ਸਾਹਿਬ ਨੇ ਕੀਤੀਆਂ ਦੇਖੋ ਕੁਝ ਗੱਲਾਂ ਬਹੁਤ ਜ਼ਰੂਰੀ ਹੈ ਜਿਨ੍ਹਾਂ ਦਾ ਜਵਾਬ ਦੇਣਾ ਉਹ ਗਰਗ ਸਾਹਿਬ ਨੇ ਜਿਹੜੀ ਗੱਲ ਕੀਤੀ ਉਹ ਇੱਕ ਮਤਲਬ ਇੱਕ ਯੂਟੀਲੀਟੇਰੀਅਨ ਇੱਕ ਸੁਸਾਇਟੀ ਜੀ ਹੁੰਦੀ ਹੈ ਪਰਫੈਕਟ ਜੀ ਸੁਸਾਇਟੀ ਉਹ ਸੁਸਾਇਟੀ ਦੀ ਗੱਲ ਕੀਤੀ ਹੈ ਇੱਦਾਂ ਮੈਨੂੰ ਵੀ ਸਿਆਸਤ ਤੋਂ ਬਾਹਰ ਲੈ ਕੇ ਪਹਿਲਾਂ ਲੱਗਦਾ ਹੁੰਦਾ ਸੀਗਾ ਕਿ ਇਹ ਕਿਉਂ ਨਹੀਂ ਕੀਤਾ ਉਹ ਕਿਉਂ ਨਹੀਂ ਕੀਤਾ ਮੈਂ ਇੱਥੇ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਚੁੱਲ੍ਹਾ ਟੈਕਸ ਦੀ ਗੱਲ ਹੋ ਰਹੀ ਹੈ ਕਿ ਚੁੱਲ੍ਹਾ ਟੈਕਸ ਦਾ ਮੁੱਦਾ ਕਿਉਂ ਨਹੀਂ ਚੱਕਿਆ ਪਿਛਲੇ ਸਾਲ ਦਾ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ RTI ਪਾਈ ਹੋਈ ਹੈ RTI ਦੇ ਵਿੱਚ ਅਸੀਂ ਮੰਗਿਆ ਬੂਥ ਵਾਈਜ਼ ਮੇਲ ਫੀਮੇਲ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਦਾ ਸਾਨੂੰ ਵੇਰਵਾ ਦਿੱਤਾ ਜਾਵੇ ਤੁਸੀਂ ਮੰਨੋ ਦੇਖੋ ਹੁਣ ਕੀ ਗੇਮ ਖੇਡੀ ਜਾ ਰਹੀ ਹੈ ਉਹ ਸਾਨੂੰ ਹਰ ਮਹੀਨੇ ਇੱਕ ਬੂਥ ਦਾ ਡੇਟਾ ਦੇ ਦਿੰਦੇ ਇੱਦਾਂ ਕਰ ਕਰਕੇ ਹਜੇ ਤੱਕ ਉਹਨਾਂ ਤੋਂ ਪੂਰੇ ਹੀ ਨਹੀਂ ਦੇ ਰਹੇ ਜਾਣ ਬੁੱਝ ਕੇ ਡੇਟਾ ਪਹਿਲਾਂ ਤਾਂ ਉਹਨਾਂ ਨੇ ਮਨਾ ਹੀ ਕਰਤਾ ਹੁਣ ਦੇਣਾ ਸ਼ੁਰੂ ਕੀਤਾ 6 ਮਹੀਨੇ ਪਹਿਲਾਂ 2-3 ਬੂਥ ਦਾ ਦੇ ਦਿੰਦੇ ਆ ਉਹ 5 ਸਾਲ ਉੱਦਾਂ ਹੀ ਲਗਾ ਦੇਣਗੇ ਨਾ ਅਸੀਂ ਕੋਰਟ ਜਾਣ ਜੋਗੇ ਕੋਰਟ 'ਚ ਜਾਵਾਂਗੇ ਉਹਨਾਂ ਨੇ ਜਾ ਕੇ ਕਹਿਣਾ ਜੀ ਅਸੀਂ ਤਾਂ ਜਿਵੇਂ ਇਕੱਠਾ ਹੋਈ ਜਾ ਰਿਹਾ ਉਹਨਾਂ ਨੂੰ ਦੇਈ ਜਾ ਰਹੇ ਇਹ ਇੱਦਾਂ ਦੀ ਗੇਮਸ ਚੱਲ ਰਹੀ ਹੈ ਇੰਨਾ ਬੁਰਾ ਹਾਲਤ ਹੋ ਗਈ ਹੈ ਸਟੇਟ ਇਲੈਕਸ਼ਨ ਕਮਿਸ਼ਨ 'ਚ ਕਿ ਉਹ ਕਲੈਂਡਰਸਟਾਈਨ ਵੇ ਨਾਲ ਕੰਮ ਕਰ ਰਿਹਾ ਜਦੋਂ ਉਹਨਾਂ ਨੇ ਐਕਸੈਸ ਮੀਡੀਆ ਨੂੰ ਹੀ ਨਹੀਂ ਦਿੱਤਾ ਤੇ ਉਹ ਆਮ ਪਾਰਟੀਆਂ ਦਾ ਕੀ ਹਾਲ ਕਰਦੇ ਹੋਣੇ ਇਹ ਤੁਸੀਂ ਦੇਖੋ ਨਾ ਅੰਮ੍ਰਿਤਧਾਰਨੀ ਇਹ ਸਿਰਫ 2019 ਦਾ ਇੱਕ ਮੂਡ ਚੈੱਕ ਕੀਤਾ ਜਾ ਰਿਹਾ ਇਹਨਾਂ ਚੋਣਾਂ ਦੇ ਨਤੀਜਿਆਂ ਤੋਂ KP ਜੀ ਜਿਹੜਾ 2019 ਦੇ ਮੂਡ ਵਾਲੀ ਗੱਲ ਹੈਗੀ ਹੈ ਨਾ ਦੇਖੋ ਪੰਚਾਇਤ ਦੀ ਇਲੈਕਸ਼ਨ ਹੈ ਨਾ ਜਿਹੜੀ ਬਹੁਤ ਹੀ ਅਲੱਗ ਕਿਸਮ ਦੀ ਇਲੈਕਸ਼ਨ ਹੁੰਦੀ ਹੈ ਜਿਹਦੇ ਵਿੱਚ ਭਾਈਚਾਰਾ ਵੀ ਕੰਮ ਆਉਂਦਾ ਹੈ ਪਰਿਵਾਰਵਾਦ ਵੀ ਕੰਮ ਆਉਂਦਾ ਹੈ ਪਾਰਟੀਬਾਜ਼ੀ ਵੀ ਕੰਮ ਆਉਂਦੀ ਹੈ ਬਹੁਤ ਕੁਛ ਕੰਮ ਆਉਂਦਾ ਦੇਖੋ ਇਸ ਦੇ ਨਾਲ ਇਹ ਤੈਅ ਨਹੀਂ ਹੁੰਦਾ ਹੈਗਾ ਕਿ ਉਹ 2019 ਦਾ ਮੂਡ ਇਹਦੇ ਨਾਲ ਤੁਸੀਂ ਕਿਹੜਾ ਮੂਡ ਫਿਰ ਤਿਆਰ ਹੋਇਆ ਇਹ ਦੇਖੋ ਇਹ ਤਾਂ ਕਾਂਗਰਸ ਗੌਰਮੈਂਟ ਦਾ ਮੂਡ ਦਾ ਪਤਾ ਲੱਗਿਆ ਵੀ ਕਾਂਗਰਸ ਗੌਰਮੈਂਟ ਜਿਹੜੀ ਹੈਗੀ ਹੈ ਥੱਲੇ ਜਿਹੜੀ ਹੈਗੀ ਹੈ ਸਟੇਟ ਦੇ ਵਿੱਚ ਕੀ ਕਰ ਸਕਦੀ ਹੈ ਠੀਕ ਹੈ ਨਹੀਂ ਦੇਖੋ ਜਿਹੜੀ ਇਹਨਾਂ ਨੇ ਗੱਲ ਕੀਤੀ ਹੈਗੀ ਕਾਂਗਰਸ ਦੀ ਨੀਤੀਆਂ ਨਾਲ ਲੋਕ ਇਤਫਾਕ ਰੱਖਦੇ ਆ ਕਾਹਦੇ ਨਾਲ ਕਾਂਗਰਸ ਦੀ ਨੀਤੀਆਂ ਨਾਲ ਲੋਕ ਇਤਫਾਕ ਰੱਖਦੇ ਬਿਲਕੁਲ ਨਹੀਂ ਦੇਖੋ ਤੱਕਾ ਹੋ ਰਿਹਾ ਤੁਹਾਡੇ ਸਾਹਮਣੇ ਆ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਦਿਖਾ ਰਹੇ ਮੂਡ ਕਿਹੜੀ ਦੀ ਸੀ ਫਾਈਨੈਂਸ ਮਿਨਿਸਟਰ ਚੰਡੀਗੜ੍ਹ ਬੈਠੇ ਉਹਦੀ ਫੋਟੋ ਉੱਥੇ ਪੈ ਰਹੀ ਹੈ ਚੰਡੀਗੜ੍ਹ ਦੇ ਵਿੱਚ ਬੈਠਾ ਕੋ ਬੇਟਾ ਕਿੰਨਾ ਕਿੰਨਾ ਮਤਲਬ ਰਿਪਲ ਮੀਡੀਆ ਸਵਾਲ ਦੁਬਾਰਾ ਆ ਗਿਆ ਰਿਪਲ ਮੀਡੀਆ ਕਿੰਨਾ ਦੇਖੋ ਐਕਸੈਸਿਬਿਲਟੀ ਹੈ ਦੇਖੋ ਗੱਲ ਜਿਹੜੀ ਹੈ ਜੋ ਤੁਹਾਡਾ ਸਵਾਲ ਹੈ ਤੁਸੀਂ ਵੱਖਰੇ ਵੱਖਰੇ ਪੈਨਲਿਸਟ ਤੋਂ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਕੋਸ਼ਿਸ਼ ਕਰਦਾ ਕਿ ਮੈਂ ਉਸ ਦਾ ਜਵਾਬ ਦੇ ਪਾਵਾਂ ਤੁਸੀਂ ਇਹ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜਾ ਇਹ ਪੰਚਾਇਤੀ ਚੋਣਾਂ ਦੇ ਵਿੱਚ ਜੋ ਵੀ ਨਤੀਜੇ ਆਏ ਨੇ ਇਹਨਾਂ ਨੇ ਇਹ ਕੀ ਮੂਡ ਦਰਸਾਉਂਦੇ ਨੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਥੇ ਇਹ ਗੱਲ ਚੱਲੀ ਅੱਜ ਦੀ ਆਪਣੀ ਇਸ ਡਿਬੇਟ ਦੇ ਵਿੱਚ ਕਿ ਜਿਹੜੀ ਆਮ ਆਦਮੀ ਪਾਰਟੀ ਉਹ ਹਰੇਕ ਤਰੀਕੇ ਨਾਲ ਕੱਖੋਂ ਹੌਲੀ ਹੋ ਗਈ ਔਰ ਜਿਹੜੀ ਵਿਰੋਧੀ ਪਾਰਟੀ ਵਜੋਂ ਔਰ ਜਿਹੜੀ ਧਰਾਤਲ ਦੇ ਉੱਤੇ ਇੱਕ ਮਿੰਟ ਉੱਥੇ ਆ ਰਿਹਾ ਮੈਂ ਪਲੀਜ਼ ਮੈਨੂੰ ਡਿਸਟਰਬ ਨਾ ਕਰੋ ਪਲੀਜ਼ ਮੈਂ ਉੱਥੇ ਆ ਰਿਹਾ ਔਰ ਜਿਹੜਾ ਅਕਾਲੀ ਦਲ ਆਪਦੀ ਜਿਹੜੀ ਹੈ ਜ਼ਮੀਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਔਰ ਉਹ ਜਿਹੜੇ ਜਿਹੜੇ ਮੁੱਦੇ ਚੱਕਦੇ ਨੇ ਉਹਨਾਂ ਨੂੰ ਉਹ ਪੁੱਠੇ ਇਸ ਕਰਕੇ ਪੈ ਜਾਣੇ ਨੇ ਜੇ ਤਾਂ ਇਹ ਗੱਲ ਧੱਕੇਸ਼ਾਹੀ ਦੇ ਕਰਦੇ ਨੇ ਤਾਂ ਸਰਦਾਰ ਰਹੇ ਨੇ ਧੱਕੇਸ਼ਾਹੀ ਦੇ ਤੇ ਜੇ ਗੱਲ ਇਹ ਕਿਸੇ ਪੰਥਕ ਮੁੱਦੇ ਨੂੰ ਚੱਕਦੇ ਨੇ ਤਾਂ ਪੰਥ ਦਾ ਜੋ ਹਸ਼ਰ ਕੀਤਾ ਉਸਦਾ ਵੀ ਜੇਕਰ ਗੱਲ ਕਿਸਾਨੀ ਦੀ ਕਰਦੇ ਨੇ ਤਾਂ ਵੱਡੇ ਰਿਪਲ ਬੇਟਾ ਇਹ ਪਾਰਟੀ ਇਸ ਲਈ ਇਹ ਜਿਹੜਾ ਮੂਡ ਹੈ ਇਹ ਜਿਹੜਾ ਮੂਡ ਹੈ ਇਹੀ ਦਰਸਾਉਂਦਾ ਹੈ ਕਿ ਜਿਹੜੇ ਲੋਕਾਂ ਨੇ ਪੰਚਾਇਤਾਂ ਦੇ ਵਿੱਚ ਬੜਾ ਜਿਹੜਾ ਹੁੰਗਾਰਾ ਇੱਕ ਦੂਜੇ ਨੂੰ ਦਿੱਤਾ ਭਾਈਚਾਰਕ ਸਾਂਝ ਵਧੀ ਹੈ ਔਰ ਹਰੇਕ ਪਿੰਡ ਦੇ ਵਿੱਚ ਕਾਂਗਰਸੀ ਨੀਤੀਆਂ ਤੇ ਮੋਹਰ ਲੱਗੀ ਕਿ ਨਹੀਂ ਕਾਂਗਰਸੀ ਨੀਤੀਆਂ ਤੇ ਮੋਹਰ ਲੱਗੀ ਮੈਂ ਕਹਿੰਦਾ ਬਿਲਕੁਲ ਜਿਹੜਾ ਲੋਕਾਂ ਨੇ ਇੱਕ ਸੁਪਨਾ ਵੇਖਿਆ ਕਿ ਜਿਹੜਾ ਅਸੀਂ ਆਪਣੇ ਕਾਂਗਰਸ ਦੇ ਰਾਜ ਦੇ ਵਿੱਚ ਅਸੀਂ ਜਿਹੜੇ ਆਜ਼ਾਦ ਤਰੀਕੇ ਨਾਲ ਵਧੀਆ ਪੰਚਾਇਤਾਂ ਬਣਾਈਆਂ ਇਹ ਪਾਰਟੀ ਸਿੰਬਲ ਤੇ ਲੜੀਆਂ ਗਈਆਂ ਚੋਣਾਂ ਪਾਰਟੀ ਕੈਂਡੀਡੇਟ ਸੀ ਬਿਲਕੁਲ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਗਈਆਂ ਫਿਰ ਕ੍ਰੈਡਿਟ ਕਿਉਂ ਲੈ ਰਹੇ ਹੋ ਤੁਸੀਂ ਕ੍ਰੈਡਿਟ ਫਿਰ ਕ੍ਰੈਡਿਟ ਕਿਉਂ ਲੈ ਰਹੇ ਹੋ ਦੇਖੋ ਗੱਲ ਇਹ ਹੈ ਤੁਸੀਂ ਇਹ ਗੱਲ ਵੇਖੋ ਕਿ ਜਿਹੜੀਆਂ ਪੰਚਾਇਤਾਂ ਨੇ ਚਾਹੇ ਉਹ ਕਿਸੇ ਵੀ ਇਹ ਚੀਜ਼ ਮੈਂ ਸਮਝ ਨਹੀਂ ਆਇਆ ਬਹੁਤ ਵੱਡੀ ਦੁਬਧਾ ਮੇਰੇ ਲਈ ਬਹੁਤ ਵੱਡੀ ਦੁਬਧਾ ਦੂਰ ਕਰ ਡਟ ਕਰ ਨਹੀਂ ਤੁਸੀਂ ਨਹੀਂ ਦੂਰ ਕਰ ਪਾਏ ਦੂਰ ਕਰ ਮੈਂ ਤੁਹਾਡੀ ਪਾਰਟੀ ਦੀ ਮਜਬੂਰੀ ਹੈ ਕੋਈ ਵੀ ਨਹੀਂ ਕਰ ਸਕਦਾ ਇਹ ਦੁਬਧਾ ਤੁਹਾਡੇ ਜੋ ਕੋਈ ਦੂਰ ਨਹੀਂ ਕਰ ਸਕਦਾ ਜਦੋਂ ਪੰਚਾਇਤਾਂ ਉੱਠ ਕੇ ਸਰਕਾਰ ਦੇ ਵੱਲ ਆਉਣਗੀਆਂ ਠੀਕ ਤੁਸੀਂ ਆਪ ਵੀ ਕਹਿ ਸਕਦੇ ਕਿ ਮਨਪ੍ਰੀਤ ਬਾਦਲ ਨੇ ਵੋਟ ਪਾਈ ਜਾਂ ਨਹੀਂ ਪਾਈ ਹਾਂ ਜਾਂ ਨਾ ਉਹ ਪਹਿਲੇ ਕਹਿ ਚੁੱਕੇ ਨਾ ਪਹਿਲੇ ਕਹਿ ਚੁੱਕੇ ਇਸ ਦਾ ਜਵਾਬ ਆ ਚੁੱਕਿਆ ਆਪਾਂ ਵਾਰ-ਵਾਰ ਉਸ ਸਵਾਲ ਲਵਾਂਗੇ ਤੁਹਾਡੀਆਂ ਜਿਹੜੇ ਇਸ ਗੱਲ ਤੇ ਨੇ ਮੈਂ ਤੁਹਾਡੀਆਂ ਅਸੀਂ ਇੱਕ ਸਾਜ਼ਿਸ਼ਾਂ ਹੋਰ ਕਰ ਗਏ ਇੱਕ ਮਿੰਟ ਪਲੀਜ਼ ਜਿਹੜੀ ਤੁਸੀਂ ਸਾਜ਼ਿਸ਼ਾਂ ਕੀਤੀਆਂ ਡਟ ਕਰ ਇੱਕ ਤਾਂ ਮੈਨੂੰ ਇੱਕ ਚੀਜ਼ ਕਲੀਅਰ ਕਰੋ ਤੁਸੀਂ ਪਾਰਟੀ ਸਿੰਬਲ ਤੇ ਚੋਣਾਂ ਲੜੇਗੀਆਂ ਪਾਰਟੀ ਦੇ ਕੈਂਡੀਡੇਟ ਸੀ ਦੂਜਾ ਸਵਾਲ ਮੇਰਾ ਇਹ ਹੈਗਾ ਜੇ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਕੀਆਂ ਤਾਂ ਇਹ ਕਿਉਂ ਦਿਖਾਇਆ ਗਿਆ ਕਾਂਗਰਸ ਤੇ ਕਾਂਗਰਸ ਦੀ ਚੜ੍ਹਾਈ ਹੋ ਗਈ ਜੀ ਅਕਾਲੀ ਦਲ ਥੱਲੇ ਹੋ ਗਿਆ ਜੀ ਆਮ ਆਦਮੀ ਪਾਰਟੀ ਸਾਫ ਹੋ ਗਈ ਜੀ ਬੀਜੇਪੀ ਕਿਤੇ ਦਿਖੀ ਨਹੀਂ ਮੈਨੂੰ ਇਹਦਾ ਮਤਲਬ ਸਮਝਾ ਦਿਓ ਮੈਨੂੰ ਸਮਝ ਨਹੀਂ ਆਇਆ ਸਟੈਚੂਰੀ ਪ੍ਰੋਵੀਜ਼ਨ ਇਹ ਹੈ ਕਿ ਜਿਹੜੀ ਗ੍ਰਾਮ ਪੰਚਾਇਤ ਦੀ ਚੋਣ ਹੈ ਉਹ ਕਿਸੇ ਪਾਰਟੀ ਸਿੰਬਲ ਤੇ ਨਹੀਂ ਲੜੀ ਜਾਂਦੀ
ਸਟ੍ਰੈਚਰ ਕੋਈ ਕਾਊਂਟਰ ਨਹੀਂ ਕਰ ਸਕਦਾ, ਪਰ ਪਿੰਡਾਂ ਸਾਰੀਆਂ ਪਾਰਟੀਆਂ ਦੋ ਦੋ ਤਿੰਨ ਤਿੰਨ ਧੜੇ, ਦੋ ਦੋ ਕਾਂਗਰਸੀਆਂ ਦੇ ਵੀ ਤੁਸੀਂ ਦੇਖੇ, ਅਕਾਲੀਆਂ ਦੇ ਵੀ ਨੇ, ਸਾਰੇ ਧੜੇ ਬਣੇ ਹੋਏ ਨੇ, ਉਹ ਕਹਿੰਦੇ ਮੈਂ ਤੇਰੇ ਨਾਲ, ਕਿਉਂਕਿ ਆਫਟਰ ਪਾਰਟੀਆਂ ਹੈ ਤਾਂ ਹੀ ਉਹਨਾਂ ਨੇ ਆਪਦੇ ਬੰਦੇ ਪਾਲੇ ਹੋਏ ਨੇ, ਉਹ ਬੰਦਾ ਜਦ ਖੜੇ ਕਹਿੰਦਾ ਕਿ ਸਾਡਾ, ਉਹ ਕਹਿੰਦੇ ਨੇ ਸਾਡਾ। ਮੈਨੂੰ ਇਸ ਦੇ ਵਿੱਚ ਜਿਹੜੀ ਵੱਡੀ ਗੱਲ ਆਈ ਹੈ, ਜਿਵੇਂ ਜਸਟਿਸ ਜੀ ਨੇ ਕਹੀ ਆ ਵੀ ਨਹੀਂ ਕਈ ਵਾਰੀ ਅਸੀਂ ਪ੍ਰੈਕਟੀ ਕਰੀਏ, ਠੀਕ ਹੈ ਇਹਨਾਂ ਦਾ ਹੋਏਗਾ ਤਜਰਬਾ, ਮੇਰਾ ਵੀ 70 ਸਾਲ ਦਾ ਇਹੀ ਤਜਰਬਾ ਹੈ ਵੀ ਜਿਹਦੇ 20 MLA ਹੋਣ, ਚਾਹੇ ਹੁਣ 14 ਵੀ ਰਹਿ ਗਏ ਹੋਣ, ਉਹ ਧਰਤੀ ਪੱਟ ਸਕਦੇ ਸੀ ਧਰਨਾ ਮਾਰ ਕੇ। ਇਹ ਗੱਲ ਫੈਸਲਾ ਜਿਹੜਾ ਪਿੰਡਾਂ ਦੇ ਲੋਕਾਂ ਦੇ ਹੱਕ ਦਾ ਹੋਣਾ, ਇਹ ਅਦਾਲਤਾਂ 'ਚ ਨਹੀਂ ਹੋਣਾ, ਇਹ ਇਲੈਕਸ਼ਨ ਕਮਿਸ਼ਨ 'ਚ ਨਹੀਂ ਹੋਣਾ, ਇਹ ਐਜੂਟੇਸ਼ਨ ਕਰਨ ਨਾਲ ਹੋਣਾ। ਮੈਂ ਸਾਡੇ ਕੋਲ ਤਾਂ ਕੋਈ MLA ਨਹੀਂ, ਨਾ ਅਸੀਂ ਕੋਈ ਸਿਆਸਤਦਾਨ, ਨਾ ਸਾਡੇ ਕੋਈ ਪੋਲੀਟੀਕਲ ਪਾਰਟੀ ਹੈ। ਜਿੰਨੇ ਸੁਈਸਾਈਡ ਵਿਕਟਮ ਪਰਿਵਾਰ ਨੇ ਜਾ ਕੇ ਦੇਖੋ ਅੱਜ ਕਿਵੇਂ ਤਸੱਲੀ ਮੱਚੀ ਹੋਈ ਹੈ। DC ਮਾਨਸਾ ਦਾ ਬਦਲਣਾ ਪਿਆ ਜਦ ਉਹਨੇ ਕੰਮ ਨਹੀਂ ਕਰਿਆ, ਕਿਉਂ? ਕਿਉਂਕਿ ਉਹ ਧਰਨੇ ਮਜਾ ਰਹੇ, ਆਪਦੀ ਗੱਲ ਕਰਦੇ ਵੀ ਸਾਡਾ ਹੱਕ ਹੈ। ਆਹ ਪੰਚਾਇਤਾਂ ਜਿਹੜੀਆਂ ਸਰਵਸੰਮਤੀਆਂ ਹੋਈਆਂ ਨੇ, ਇਸ ਗੱਲ ਦੇ ਬਾਵਜੂਦ ਕਾਂਗਰਸਾਂ ਦੇ ਮਿਨਿਸਟਰਾਂ ਨੇ, ਦੂਜੇ ਵਿਰੋਧੀ ਪਾਰਟੀਆਂ ਨੇ ਜ਼ੋਰ ਲਾਇਆ। ਆਹ ਜਦ ਪੰਚਾਇਤਾਂ ਸਸਪੈਂਡਡ ਰਹੀਆਂ, ਕਹਿ ਲਓ ਖਤਮ ਕਰਤੀਆਂ ਸੀ, ਉਦੋਂ ਅਸੀਂ ਗ੍ਰਾਮ ਸਭਾਵਾਂ ਕਰਾਈਆਂ ਨੇ, ਉਹ ਕਿਤੇ ਸਾਡੀ ਤੋਂ ਕੋਈ ਤਾਕਤ ਨਹੀਂ ਹੈ, ਲੋਕਾਂ ਨੇ ਕਰੀਆਂ ਨੇ, ਔਰ ਉਹ ਵੀਡੀਓ ਨੂੰ ਮੰਨਣਾ ਪਿਆ ਵੀ ਕਰਾਂਗੇ। ਹੁਣ ਮੈਂ ਕਾਨੂੰਨ 'ਤੇ ਆਉਣਾ, ਸਭ ਤੋਂ ਵੱਡਾ ਦੁਖਾਂਤ ਇਹਨਾਂ ਸਭਾ ਦਾ ਕੀ ਹੋਇਆ, ਰਿੰਪਲ ਮਿੱਡਾ ਜੀ ਨੇ ਬੜਾ ਦੱਸਤਾ ਵੀ ਅਸੀਂ ਫਲਾਣੀ FIR ਦਰਜ ਕਰੀ ਹੈ। ਇੱਕ ਸਟੇਟ ਦੇ ਬੂਥ ਦੇ ਵਿੱਚ, ਚੋਣ ਬੂਥ ਆ ਜਿਹੜਾ ਸਿੰਬਲ ਆ ਸਟੇਟ ਦੀ ਪਾਵਰ ਦਾ, ਆਈ ਵਿਲ ਨੋਟ ਸੇ ਕਾਂਗਰਸ, ਅਕਾਲੀ, BJP, ਇਹ ਸਟੇਟ ਦੀ ਸਿੰਬਲ ਸੀਗਾ, ਸਟੇਟ ਦੇ ਸਿੰਬਲ ਨੂੰ ਅਗਲੇ ਨੇ ਐਂ ਅੱਗ ਲਾਤੀ ਜਾ ਕੇ ਸ਼੍ਰੇਆਮ, ਚਾਹੇ ਉਹ ਕਾਂਗਰਸੀ ਹੋਣ, ਚਾਹੇ ਅਕਾਲੀ ਹੋਣ, ਚਾਹੇ ਬਦਮਾਸ਼ ਹੋਣ, ਚਾਹੇ ਗੁੰਡੇ ਹੋਣ, ਉਹਨਾਂ ਨੂੰ ਸ਼ਾਮ ਤੱਕ ਫੜ ਕੇ ਅੰਦਰ ਨਾ ਕਰਿਆ ਜਾਵੇ। ਇਹ ਪੁਲਿਸ ਕਿਹੜੀ ਹੈ, ਇਹ ਸਟੇਟ ਕਿਹੜੀ ਹੈ? ਸਟੇਟ ਫੜ ਕੇ ਜਿਹੜਾ ਮਰਜ਼ੀ ਹੁੰਦਾ ਵੇ ਨਹੀਂ ਪੁੱਗਣਾ। ਜਿਹੜਾ ਬੰਦਾ ਆਪਦੇ ਬਾਪ ਦੀ ਪੱਗ ਲਾਵੇ ਅਤੇ ਉਹਨੂੰ ਭੈਣਾਂ ਭਰਾ ਬਚਾਉਣ ਲੱਗ ਜਾਣ ਵੀ ਨਹੀਂ ਨਹੀਂ ਉਹ ਅਸੀਂ ਦੇਖਦੇ ਸੀ, ਅਸੀਂ ਹਟਾਉਂਦੇ ਸੀ, ਕੁਛ ਨਹੀਂ ਹੈ, ਉਹ ਬੰਦੇ ਉਸੇ ਵਕਤ ਸ਼ਾਮ ਤੱਕ ਅੰਦਰ ਹੋਣੇ ਚਾਹੀਦੇ ਸੀ, ਹੋ ਸਕਦੇ ਸੀ, ਇਹਨਾਂ ਨੇ ਜਾਣ ਕੇ ਨਹੀਂ ਕਰੇ। ਇਹ ਸਟੇਟ ਦੀ ਸਭ ਤੋਂ ਵੱਡੀ ਨਾਕਾਮਯਾਬੀ। ਕੈਪਟਨ ਤੇ ਬਾਲ ਤੋਂ ਪਿੰਡਾਂ ਵਾਲੇ ਕੀ ਚਾਹੁੰਦੇ ਆ, ਤੇ ਕੈਪਟਨ ਤੇ ਬਾਲ ਤੋਂ ਇਲਾਵਾ ਬਾਕੀ ਜਿਹੜੀਆਂ ਹੋਰ ਤਰ੍ਹਾਂ ਹੈਗੀਆਂ ਉਹਨਾਂ ਤੋਂ ਪਿੰਡਾਂ ਵਾਲੇ ਕੀ ਚਾਹੁੰਦੇ ਆ? ਕਿਆ ਪਿੰਡਾਂ ਵਾਲੇ ਚਾਹੁੰਦੇ ਆ ਗ੍ਰਾਮ ਸਭਾ ਹੋਵੇ, ਮਤੇ ਪੈਣ, ਅਕਾਲੀ ਸਰਪੰਚ, ਕਾਂਗਰਸੀ ਸਰਪੰਚ, ਭਾਰਤੀ ਜਨਤਾ ਪਾਰਟੀ ਸਰਪੰਚ, ਆਮ ਆਦਮੀ ਪਾਰਟੀ ਸਰਪੰਚ ਹੈਗੇ ਜਾਂ ਨਹੀਂ ਹੈਗੇ, ਇਹਨਾਂ ਤੋਂ ਕਿਸੇ ਨੇ ਕੁਛ ਲੈਣਾ, ਪਿੰਡਾਂ ਦਾ ਵਿਕਾਸ ਹੋਵੇਗਾ ਕਿ ਨਹੀਂ ਹੋਵੇਗਾ, ਉੱਥੇ ਬੇਰੁਜ਼ਗਾਰ ਜਵਾਨੀ ਨੂੰ ਨੌਕਰੀ ਮਿਲੇਗੀ ਕਿ ਨਹੀਂ ਮਿਲੇਗੀ, ਆਰਥਿਕ ਅਸਾਵਾਂਪਣ ਜਿਹੜਾ ਪਿੰਡਾਂ ਅਤੇ ਸ਼ਹਿਰਾਂ ਤੋਂ ਦੂਰ ਹੋਵੇਗਾ ਕਿ ਨਹੀਂ ਹੋਵੇਗਾ, ਪਿੰਡਾਂ ਵਾਲਾ ਪੰਜਾਬ ਇਹ ਚਾਹੁੰਦਾ ਕਿ ਪਾੜਾ ਘਟਾਓ ਅਤੇ ਜਿਹੜਾ ਭਾਈਚਾਰਕ ਸਾਂਝ ਵਧਾਓ ਅਤੇ ਉਸ ਦੇ ਨਾਲ ਪਿੰਡਾਂ ਨੂੰ ਖੁਸ਼ਹਾਲ ਬਣਾਓ, ਇਹ ਚਾਹੁੰਦਾ ਹੈ ਪਿੰਡਾਂ ਵਾਲਾ ਪੰਜਾਬ। ਜੇ ਤੁਸੀਂ ਇਹ ਦੇ ਸਕਦੇ ਹੋ ਤਾਂ ਠੀਕ ਹੈ, ਨਹੀਂ ਤਾਂ ਐਵੇਂ ਫੋਕੀਆਂ ਵਧਾਈਆਂ ਲੈਣ ਦਾ ਅਤੇ ਦੇਣ ਦਾ ਕੋਈ ਫਾਇਦਾ ਨਹੀਂ। ਬਹੁਤ ਧੰਨਵਾਦ।